ਆਫਲਾ ਟੀਵੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਕੁਲਦੀਪ ਖੇਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਪਰਵਾਨ ਹੋਵੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਸਖਸ਼ੀਅਤ ਪਹੁੰਚੇ ਨੇ ਜੀ ਸਟੂਡੀਓ ਦੇ ਵਿੱਚ ਬੋਬੀ ਸੰਧੂ ਸਾਹਿਬ ਡੀਐਸਪੀ ਦਿੱਲੀ ਪੁਲਿਸ ਦੇ ਵਿੱਚ ਜੋ ਕਿ ਬਤੌਰ ਸਰਵਿਸ ਕਰ ਰਹੇ ਨੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਪਹੁੰਚੇ ਨੇ ਆਪਾਂ ਇਹਨਾਂ ਦਾ ਪਹਿਲਾਂ ਵੈਲਕਮ ਕਰਦੇ ਹਾਂ ਸੰਧੂ ਸਾਹਿਬ ਪਹਿਲਾਂ ਤੁਸੀਂ ਕੈਨੇਡਾ ਦੀ ਧਰਤੀ 'ਤੇ ਪਹੁੰਚੇ ਤੁਹਾਨੂੰ ਵੈਲਕਮ ਤੇ ਸਤਿ ਸ਼੍ਰੀ ਅਕਾਲ ਜੀ ਸਿਗਾ ਸਰ ਕੁਲਦੀਪ ਗਿੱਲ ਸਾਹਿਬ ਤੇ ਕਾਫਲਾ ਟੀਵੀ ਸਾਨੂੰ ਬੜਾ ਮਾਣ ਹੈ ਅੱਜ ਤੁਸੀਂ ਸਾਨੂੰ ਯਾਦ ਕੀਤਾ ਸਾਨੂੰ ਜੀ ਥੈਂਕ ਯੂ so much ਜੀ ਬਹੁਤ ਧੰਨਵਾਦ ਜੀ ਦੱਸ ਦਿਓ ਜੀ ਦਿੱਲੀ ਪੁਲਿਸ ਦੇ ਵਿੱਚ ਡੀਐਸਪੀ ਦੌਰ ਦੇ ਉੱਤੇ ਸਰਵਸ ਕਰ ਰਹੇ ਨੇ ਕੁਝ ਸਮੇਂ ਵਾਸਤੇ ਇੱਕ ਨਿਰਦੀਰਤ ਧਰਤੀ ਉੱਤੇ ਪਹੁੰਚੇ ਨੇ ਤੇ ਆਪਾਂ ਕੁਝ ਜਿਹੜੇ ਪੰਜਾਬ ਦੀ ਜਾਂ ਭਾਰਤ ਦੀ ਇੰਡੀਆ ਦੀ ਕੁਝ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਤੇ ਆਪਾਂ ਗੱਲ ਕਰਦੇ ਆ ਵੀ ਇੰਡੀਆ ਤੇ ਕੈਨੇਡਾ ਦੇ ਵਿੱਚ ਕੀ ਇਹਨਾਂ ਨੂੰ ਫਰਕ ਲੱਗਿਆ ਆ ਕੇ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਣੇ ਹੈਗੇ ਆ ਬਤੌਰ ਇੱਕ ਪੁਲਿਸ ਦੇ ਵਿੱਚ ਜਦੋਂ ਆਪਾਂ ਐਡਾ ਵੱਡਾ ਜਿਹੜਾ ਅਹੁਦਾ ਹੈਗਾ ਤੇ ਆ ਕੇ ਆਪਾਂ ਇਸ ਮੁਲਕਾਂ ਦੇ ਵਿੱਚ ਸਿਸਟਮ ਦੇਖਦੇ ਆ ਤੇ ਕੀ ਜਿਹੜਾ ਫਰਕ ਲੱਗਿਆ ਹੈਗਾ ਜੀ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਤੁਸੀਂ ਅ ਦਿੱਲੀ ਪੁਲਿਸ ਦੇ ਵਿੱਚ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਸਰਵਿਸ ਕਰ ਰਹੇ ਹੋ ਜੀ ਕੁਲਦੀਪ ਜੀ ਮੈਂ ਮੈਨੂੰ 27 ਇਅਰਸ 27 ਸਾਲ ਹੋ ਗਏ ਦਿੱਲੀ ਪੁਲਿਸ ਜੀ ਮੈਂ ਸਬ ਇੰਸਪੈਕਟਰ ਸਿਲੈਕਟ ਹੋਇਆ ਸੀਗਾ 1996 ਤੋਂ ਜੀ ਤੇ ਉਸ ਤੋਂ ਬਾਅਦ ਫਿਰ ਆਪਣਾ ਪ੍ਰਮੋਸ਼ਨ ਹੁੰਦੀ ਰਹੀ ਤੇ ਮੈਂ 27 ਇਅਰ ਮੈਨੂੰ ਹੋ ਗਿਆ ਭਾਜੀ ਦਿੱਲੀ ਪੁਲਿਸ ਚ ਹਾਂਜੀ ਬਹੁਤ ਹੀ ਜਿਹੜਾ ਲੰਬਾ ਸਮਾਂ ਆ ਪੁਲਿਸ ਦੇ ਵਿੱਚ ਹੋਇਆ ਹੈਗਾ ਤੇ ਹੁਣ ਜਿੱਦਾਂ ਤੁਸੀਂ ਪੁਲਿਸ ਦੇ ਵਿੱਚ ਉੱਥੇ ਜਿੱਦਾਂ ਤੁਸੀਂ ਸਟਾਰਟਿੰਗ ਕੀਤੀ ਹੈਗੀ ਸਰਵਿਸ ਉੱਥੇ ਤੇ ਜਦਾਂ ਰਿਸ਼ਤੇਦਾਰ ਜਾਂ ਯਾਰ ਦੋਸਤ ਸਰਕਲ ਦੇ ਸੰਬੰਧ ਕੀ ਵਾਰ ਦਾ ਆਫ ਕੋਰਸ ਹੈਗੀਆ ਫਰਮਾਇਸ਼ ਤਾਂ ਕੀ ਵਾਰ ਕੋਈ ਪੋਲੀਟਿਕਲ ਬੰਦੇ ਹੈਗੇ ਨੇ ਉਹ ਵੀ ਕੀ ਵਾਰ ਫਰਮਾਇਸ਼ ਪਾਉਂਦੇ ਨੇ ਕੋਈ ਨਾ ਕੋਈ ਜਿੱਦਾਂ ਵੀ ਕੋਈ ਜੀ ਸਾਡਾ ਕੋਈ ਯਾਰ ਦੋਸਤ ਆ ਜਾਂ ਕੋਈ ਨਾ ਕੋਈ ਕਾਮਕਾਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੈਗੇ ਜੀ ਬਾਜੀ ਪੁਲਿਸ ਤੇ ਹੈਗੇ ਤੇ ਫਰਮਾਇਸ਼ਾਂ ਤਾਂ ਆਂਦੀਆਂ ਹੀ ਆ ਜੀ ਮਗਰ ਆਪਾਂ ਇਹ ਦੇਖਦੇ ਆ ਕਿ ਇਟਸ ਲੀਗਲ ਅਗਰ ਸਾਡੇ ਕੋਲ ਕੋਈ ਅਗਰ ਸਵਾਰਿਚ ਆਂਦੀ ਹੈ ਕੰਮ ਤਾਂ ਅਸੀਂ ਕਰਨਾ ਹੀ ਆ ਜੀ ਅਗਰ ਉਹ ਲੀਗਲ ਹੁੰਦੀ ਹੈ ਤੇ ਅਸੀਂ ਬਿਲਕੁਲ ਉਹਨੂੰ ਬਿਲਕੁਲ ਕੰਮ ਕਰਦੇ ਹੁਣ ਜੀ ਹਾਂ ਜੀ ਵਾਕਈ ਸਹੀ ਗੱਲ ਆ ਕਿਉਂਕਿ ਵੈਸੇ ਜਦਾਂ ਦੇਖਣ ਦੇ ਵਿੱਚ ਵੀ ਆ ਜਿਹੜੀ ਜੀ ਆਪਾਂ ਵਰਲਡ ਦੀ ਕਰੀਏ ਜਿਹੜੀ ਦਿੱਲੀ ਪੁਲਿਸ ਹੈਗੀ ਆ ਵੈਸੇ ਕਿਦਾਂ ਸੈਕੰਡ ਨੰਬਰ ਤੇ ਆ ਰਹੀ ਹੈ ਪੁਲਿਸ ਜੀ ਇਹ ਆਪਾਂ ਜੀ ਅਵਾਰਡ ਦੀ ਨੰਬਰ ਸੈਕੰਡ ਪੁਲਿਸ ਹੈਗੀ ਆ ਹਾਂ ਜੀ ਵਾਕਈ ਵਰਲਡ ਦੇ ਵਿੱਚੋਂ ਜੀ ਜਿਹੜੀ ਦਿੱਲੀ ਪੁਲਿਸ ਹੈਗੀ ਵਾਕਈ ਤੁਸੀਂ ਦੱਸਿਆ ਹੈਗਾ ਬੈਠੇ ਆਪਾਂ ਜਿੱਦਾਂ ਗੱਲਾਂ ਕਰਦੇ ਸੀ ਮੈਨੂੰ ਆ ਫਰਸਟ ਟਾਈਮ ਪਤਾ ਲੱਗਿਆ ਹੈਗਾ ਅੱਜ ਜੋ ਕਿ ਪੂਰੇ ਵਰਲਡ ਦੇ ਵਿੱਚੋਂ ਹੈਗਾ ਸੈਕੰਡ ਨੰਬਰ ਤੇ ਜਿੱਤੇ ਜਿਹੜੀ ਦਿੱਲੀ ਪੁਲਿਸ ਆ ਰਹੀ ਹੈਗੀ ਆ ਕੀ ਮਤਲਬ ਜਿਹੜੇ ਹੈਗੇ ਉਦੇ ਬਾਰੇ ਦੱਸਿਆ ਕੋਈ ਜੀ ਡਿਟੇਲ ਚ ਬੇਸਿਕਲੀ ਭਾਜੀ ਪੁਲਿਸ ਦੀ ਵਰਕਿੰਗ ਹੁੰਦੀ ਹੈਗੀ ਇਹ ਜੀ ਉਹਦਾ ਵਰਕ ਉਹਦਾ ਤਰੀਕਾ ਕੰਮ ਕਰਨ ਦਾ ਉਹਦਾ ਲਾਅ ਐਂਡ ਆਰਡਰ ਨੂੰ ਉਹਦਾ ਕੀ ਗੰਦੇ ਨੂੰ ਕਿੱਦਾਂ ਉਹ ਚ ਕੰਮ ਕਰਦੇ ਹੈਗੇ ਬੇਸਿਕਲੀ ਤਰੀਕਾ ਉਹਦਾ ਕੰਮ ਕਰਨ ਦਾ ਜੀ ਜੀ ਵਿਥਿਨ ਲਾਅ ਕੰਮ ਕਰਨਾ ਹੈ ਮਗਰ ਸਟਿਕਨੈਸ ਨਾਲ ਕਰਨਾ ਹੈ ਬਿਲਕੁਲ ਅਕੋਰਡਿੰਗ ਟੂ ਲਾਅ ਕਰਨਾ ਹੈ ਤੇ ਅੱਛੇ ਤਰੀਕੇ ਨਾਲ ਕਰਨਾ ਹੈ ਜੀ ਉਹ ਉਸ ਕਰਕੇ ਥੋੜਾ ਜਿਹਾ ਉਸ ਕਰਕੇ ਜੀ ਵਾਕਿਆ ਹੀ ਜਿੱਦਾਂ ਹੁਣ ਜੇ ਗੱਲ ਕਰੀਏ ਜੀ ਆ ਅ ਦਿੱਲੀ ਦੇ ਵਿੱਚ ਪਿਛਲੇ ਕੁਝ ਕੁ ਪਹਿਲਾਂ ਸਮਾਂ ਪਹਿਲਾਂ ਜਿੱਦਾਂ ਅੱਖਰ ਹੁਣ ਵੀ ਜਿਹੜਾ ਹੈਗਾ ਕ੍ਰਾਈਮ ਦੀ ਜਿਹੜੀ ਦੁਨੀਆ ਬਹੁਤ ਵਧੀ ਹੋਈ ਆ ਜਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਜਾਂ ਜਿਹੜੇ ਗੈਂਗ ਰੇਪ ਹੋ ਰਹੇ ਨੇ ਉੱਥੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਹਜੇ ਸੋਫਰ ਦਿੱਲੀ ਦੇ ਜਿਹੜੇ ਹੈਗਾ ਇਰਦਗਿਰਦੀ ਰਹਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਪੰਜਾਬ ਦੇ ਵੱਲ ਵੀ ਬਤਾਂਗੇ ਥੋੜਾ ਜਿਹਾ ਉਹ ਜਿਹੜਾ ਹੈਗਾ ਕਿਦਾਂ ਪੁਲਿਸ ਜਿਹੜੀ ਕੰਟਰੋਲ ਕਰਦੀ ਹੈ ਜਿਹੜਾ ਗੈਂਗਸਟਰ ਹੈਗਾ ਕਾਫੀ ਵੱਧ ਰਿਹਾ ਜਿਹੜੀਆਂ ਲੁੱਟਾਂ ਖੋਹਾਂ ਚੋਰੀ ਹੋ ਰਹੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੇਸਿਕਲੀ ਭਾਜੀ ਜਿੱਦਾਂ ਹੁਣ ਕ੍ਰਾਈਮ ਵਧ ਰਿਹਾ ਹੈ ਕੋਈ ਵੀ ਸੋਸਾਇਟੀ ਅਗਰ ਐ ਤਾਂ ਹਜ਼ਾਰਾਂ ਸਾਲਾਂ ਤੋਂ ਤੁਸੀਂ ਪਹਿਲੇ ਹਿਸਟਰੀ ਦੇਖ ਲਓ ਕ੍ਰਾਈਮ ਜਿੱਥੇ ਸੋਸਾਇਟੀ ਹੋਏਗੀ ਉੱਥੇ ਕ੍ਰਾਈਮ ਹੋਣਾ ਹੀ ਹੋਣਾ ਹੈ ਉਹ ਤਾਂ ਜੀ ਤੇ ਅਗਰ ਉਥੇ ਦੀ ਪੁਲਿਸ ਤੇ ਉਥੇ ਦਾ ਸਿਸਟਮ ਅਗਰ ਸਟਰੋਂਗ ਹੈ ਤੇ ਉੱਥੇ ਕ੍ਰਾਈਮ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਥੋੜੀ ਘਟ ਜਾਂਦੀ ਹੋਣ ਦੀ ਜੀ ਜੇ ਇਸ ਇਲਾਕੇ ਅਗਰ ਤੁਸੀਂ ਫਾਰ ਐਗਜ਼ਾਮਪਲ ਆਪਾਂ ਕਿਸੇ ਰੋਡ ਤੇ ਜਾ ਰਹੇ ਹੋ ਉੱਥੇ ਅੱਗੇ ਪੁਲਿਸ ਨਾਕਾ ਲੱਗਾ ਹੋਇਆ ਹੈ ਤੇ ਜਿਹੜਾ ਚੋਰ ਜਾਂ ਕੁਝ ਵੀ ਉਹਨੂੰ ਲਾ ਲੋ ਬੰਦਾ ਉਹ ਉਥੋਂ ਮੜ ਜਾਏਗਾ ਉਥਾ ਯੂ-ਟਰਨ ਮਾਰ ਦੇਗਾ ਉਹ ਉਥੇ ਚੋਰੀ ਨਹੀਂ ਕਰੇਗਾ ਕਿਉਂ ਪੁਲਿਸ ਦੀ ਪ੍ਰੈਜ਼ੈਂਸ ਆ ਗਈ ਹੈ ਜੀ ਬੇਸਿਕਲੀ ਪ੍ਰੈਜ਼ੈਂਸ ਪੁਲਿਸ ਦੀ ਨਾਲ ਉਹਦਾ ਕੰਮ ਕਰਨ ਦਾ ਤਰੀਕਾ ਨਾਲ ਅੱਜਕੱਲ ਤਾਂ ਨਵੀਂ ਟੈਕਨੀਕਸ ਆ ਗਈਆਂ ਕੰਮ ਕਰਨ ਦੀਆਂ ਤੇ ਉਹ ਟੈਕਨੀਕ ਯੂਜ਼ ਕਰਕੇ ਆਪਣਾ ਅਸੀਂ ਹੋਰ ਆਪਣੇ ਕੰਮ ਨੂੰ ਅਸੀਂ ਹੋਰ ਉੱਚ ਅੱਛੀ ਰਿਫਾਈਨਡ ਕੰਮ ਅਸੀਂ ਆਪਣਾ ਕਰ ਸਕਦੇ ਹਾਂ ਤੇ ਉਸ ਕਰਕੇ ਕਹ ਕੰਮ ਕਰਨ ਦਾ ਤਰੀਕਾ ਜਦਾ ਆਇਆਗਾ ਪੁਲਿਸ ਜੀ ਵਾਕਈ ਸਹੀ ਗੱਲ ਆ ਪਰ ਜਿਹਦੇ ਉਹਦੇ ਵਿੱਚ ਲੋਕਾਂ ਨੂੰ ਵੀ ਚਾਹੀਦਾ ਹੈਗਾ ਅਸੀਂ ਕਹਿੰਦੇ ਆ ਇਕਲੀ ਜਿਹੜੀ ਪੁਲਿਸ ਸਾਫ ਦਾ ਬਹੁਤ ਵਧੀਆ ਯੋਗਦਾਨ ਪਾ ਰਹੀ ਆ ਪਰ ਲੋਕਾਂ ਨੂੰ ਵੀ ਜਿਹੜਾ ਕੋਆਪਰੇਟ ਕਰਨਾ ਪੈਣਾ ਨਾਲ ਪੁਲਿਸ ਨਾਲ ਜਿਹੜੀ ਸਪੋਰਟ ਕਰਨੀ ਪੈਣੀ ਹੈਗੀ ਆ ਫੇਰ ਹੀ ਜਿਹੜਾ ਹੈਗਾ ਭਾਵੇਂ ਦੁਨੀਆ ਦੇ ਵਿੱਚ ਕਿਤੇ ਵੀ ਹੈਗਾ ਜਿਹੜਾ ਵਧੀਆ ਜਿਹੜਾ ਮਾਹੌਲ ਸਿਰਜਿਆ ਜਾ ਸਕਦਾ ਅਗਰ ਜੇ ਲੋਕ ਪੁਲਿਸ ਦੇ ਨਾਲ ਕੋਆਪਰੇਟ ਨਹੀਂ ਕਰਦੇ ਹੈਗੇ ਪੁਲਿਸ ਨੂੰ ਸਪੋਰਟ ਨਹੀਂ ਕਰਦੇ ਭਾਵੇਂ ਕੈਨੇਡਾ ਮੋਲਕ ਹੈਗਾ ਭਾਵੇਂ ਯੂਐਸਏ ਜਾਂ ਕੋਈ ਵੀ ਵਾਲਦਾਪਾ ਮੁਲਕ ਲਾਈਏ ਜੇ ਤੁਹਾਨੂੰ ਪਤਾ ਕੋਈ ਕਾਰ ਦੇ ਵਿੱਚ ਆ ਜਾਂ ਕੋਈ ਲੁੱਟਾਂ ਖੋਹਾਂ ਕਰਦਾ ਹੈਗਾ ਜਾਂ ਉਹਦੇ ਕੋਲ ਕੋਈ ਗਨ ਆ ਜਾਂ ਕੋਈ ਵੀ ਇਦਾਂ ਦਾ ਹਥਿਆਰਾਂ ਨਸ਼ੀਲੇ ਪਦਾਰਥ ਨੇ ਜੇ ਤੁਹਾਨੂੰ ਕਿਤੇ ਸ਼ੱਕ ਪੈਂਦੀ ਹੈਗੀ ਆ ਤੁਸੀਂ 30 ਜਿਹੜਾ ਲੋਕਲ ਪੁਲਿਸ ਦਾ ਨੰਬਰ ਹੈਗਾ ਉਸ ਨੂੰ ਕਾਲ ਕਰਕੇ ਤੁਸੀਂ ਇਤਲਾਹ ਦਿਵੋ ਸਾਡੇ ਇਸ ਮੁਲਕਾਂ ਦੇ ਵਿੱਚ ਵੀ ਭਾਵੇਂ ਕਾਨੂੰਨ ਬਹੁਤ ਸਖਤ ਹੈਗੇ ਨੇ ਪਰ ਜੇ ਕਿਸੇ ਨੂੰ ਪਤਾ ਲੱਗਦਾ ਇਹਦੇ ਕੋਲ ਕੋਈ ਗਲਤ ਕੋਈ ਵਾਈਪਨ ਹੈਗਾ ਜਾਂ ਕੋਈ ਨਸ਼ਾ ਹੈਗਾ ਤਾਂ ਰਾਈਟ ਵੇ ਜਿਹੜੀ ਪੁਲਿਸ ਨੂੰ ਲੋਕਲ ਪੁਲਿਸ ਸਟੇਸ਼ਨ ਵਿੱਚ ਕਾਲ ਕੀਤੀ ਜਾਂਦੀ ਹੈ ਜੇ ਇਹ ਹੀ ਅਪਣਾਉਣ ਆਪਣੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤਾਂ ਜਿਹੜੇ ਨੇ ਜਿਹੜੇ ਭਵੇਂ ਗੈਂਗਸਟਰ ਹੈਗੇ ਨੇ ਜਾਂ ਜਿਹੜੇ ਰੀਪ ਕਰਨ ਵਾਲੇ ਨੇ ਜਾਂ ਜਿਹੜੇ ਲੁੱਟਾਂ ਖੋਹਾਂ ਚੋਰੀਆਂ ਕਰਦੇ ਨੇ ਤੇ ਉਸ ਦੇ ਉੱਤੇ ਜਿਹੜਾ ਕਾਬੂ ਪਾਇਆ ਜਾ ਸਕਦਾ ਹੈਗਾ ਗੱਲ ਕਰਦੇ ਨੇ ਜਿਹੜੇ ਲੋਕ ਨੇ ਉਹ ਕਿੰਨਾ ਕੁ ਪੁਲਿਸ ਨੂੰ ਕੋਆਪਰੇਟ ਜਾਂ ਸਪੋਰਟ ਕਰ ਰਹੇ ਨੇ ਉਥੇ ਪੜੀ ਪੁਲਿਸ ਦੀ ਜਿਹੜਾ ਅਸੀਂ ਚਿਹਰਾ ਹੁੰਦਾ ਹੈ ਉਹ ਪਬਲਿਕ ਹੁੰਦੀ ਹੈ ਜੀ ਪਬਲਿਕ ਅਗਰ ਸਪੋਰਟ ਕਰਦੀ ਹੈ ਸਮਝ ਲਓ ਪੁਲਿਸ ਅੱਛਾ ਕੰਮ ਕਰ ਰਹੀਗੀ ਹੈ ਜੀ ਕਿਤੇ ਨਾ ਕਿਤੇ ਸਾਡੇ ਡਿਪਾਰਟਮੈਂਟ ਵਿੱਚ ਕੁਝ ਨਾ ਕੁਝ ਬੈਡ 엘ਿਮੈਂਟਸ ਹੁੰਦੇ ਹੈਗੇ ਉਹਨਾਂ ਕਰਕੇ ਕਈ ਵਾਰੀ ਪੁਲਿਸ ਜ਼ਿਆਦਾ ਬਦਨਾਮ ਹੋ ਜਾਂਦੀ ਹੈ ਜੀ ਮਗਰ ਓਵਰ ਆਲ ਜਿਹੜੀ ਹੈ ਪੁਲਿਸ ਦੀ ਦਿੱਲੀ ਪੁਲਿਸ ਦੀ ਅਗਰ ਮੈਂ ਗੱਲ ਕਰਾਂ ਤੇ ਇਜ਼ ਨੰਬਰ 1 ਆ ਜੀ ਵਾਕਈ ਸਹੀ ਗੱਲ ਆ ਪਰ ਹੁਣ ਤਾਂ ਬਹੁਤ ਜ਼ਿਆਦਾ ਜਿੱਦਾਂ ਵੀ ਆ ਪਰ ਕੁਛ ਕਿ ਜਦਾਂ ਵੀ ਅੱਜ ਤੋਂ ਤੁਸੀਂ ਗੱਲ ਕਰਦੇ ਹੋ ਵੀ 30 40 ਸਾਲ ਜਾਂ ਪਹਿਲਾਂ ਉਸ ਤੋਂ ਥੋੜਾ ਜਿਹਾ ਸਮਾਂ ਪਰ ਹੁਣ ਜਿਹੜਾ ਹੈਗਾ ਦਿੱਲੀ ਦੇ ਵਿੱਚ ਬਹੁਤ ਵੱਡਾ ਇੱਕ ਤਾਂ ਜਿਹੜਾ ਭਾਵੇਂ ਟ੍ਰੈਫਿਕ ਦਾ ਲਾ ਲਓ ਜਾਂ ਦੂਜੇ ਲੋਟ ਜਿਹੜਾ ਹੈਗਾ ਤੁਰੰਤ ਜਿਹੜਾ ਹੈਗਾ ਜੇ ਕੋਈ ਕ੍ਰਾਈਮ ਕਰਦਾ ਹੈਗਾ ਉਸ ਨੂੰ ਜਿਹੜਾ ਫੜਿਆ ਜਾਂਦਾ ਹੈਗਾ ਤੇ ਵਾਕਿਆ ਹੀ ਇਸ ਕਰਕੇ ਜੀ ਸਾਡਾ ਮਕਸਦ ਸੀਗਾ ਕਿ ਕਿਉਂਕਿ ਅ ਦਿੱਲੀ ਦੇ ਵਿੱਚ ਜਿਹੜਾ ਹੈਗਾ ਖਾਸ ਕਰਕੇ ਕ੍ਰਾਈਮ ਜਿਹੜਾ ਹੁੰਦਾ ਹੈਗਾ ਕਿਉਂਕਿ ਬਤੌਰ 27 ਸਾਲਾਂ ਤੋਂ ਜਿਹੜੀ ਮੌਜੂਦਾ ਜਿਹੜੀ ਸਰਵਿਸ ਕਰ ਰਹੇ ਨੇ ਡੀਐਸਬੀ ਦੇ ਬਜੂ ਤੇ ਹੁਣ ਕੈਨੇਡਾ ਦੀ ਫੇਰ ਉੱਤੇ ਆਏ ਨੇ ਪੁੱਛਿਆ ਕਿਉਂਕਿ ਕੀ ਵਾਰ ਜਦੋਂ ਕੀ ਵਾਰ ਗੈਟ ਟੂ ਗੈਦਰ ਹੁੰਦੀਆਂ ਮਹਿਫਲਾਂ ਦੇ ਵਿੱਚ ਆਪਾਂ ਬੈਠਦੇ ਹੈਗੇ ਆ ਕੀ ਵਾਰ ਆਪਾਂ ਕਰਦੇ ਆ ਯਾਰ ਉੱਥੇ ਸੁਧਾਰ ਨਹੀਂ ਹੋਇਆ ਹੈਗਾ ਪਰ ਜਦੋਂ ਆਪਾਂ ਗਰਾਊਂਡ ਲੈਵਲ ਉੱਤੇ ਜਾ ਕੇ ਦੇਖਦੇ ਆ ਜਦੋਂ ਕੋਈ ਉਸ ਡਿਪਾਰਟਮੈਂਟ ਦੇ ਵਿੱਚ ਕੋਈ ਜੌਬ ਕਰਦਾ ਹੁੰਦਾ ਹੈਗਾ ਸਰਵਿਸ ਕਰਦਾ ਹੁੰਦਾ ਹੈਗਾ ਤਾਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਫੇਰ ਸਾਨੂੰ ਜਿਹੜੀ ਪ੍ਰੋਪਰਲੀ ਜਿਹੜੀ ਭਰਪੂਰ ਸਾਨੂੰ ਜਾਣਕਾਰੀ ਮਿਲਦੀ ਹੈਗੀ ਆ ਇੱਕ ਦੂਜੇ ਦੀਆਂ ਅਫਵਾਹਾਂ ਦੇ ਨਾਲ ਜਾਂ ਆਪਾਂ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਕੀ ਕੁਛ ਜਿਹੜਾ ਹੋ ਰਿਹਾ ਹੈ ਗੱਲ ਕਰਦੇ ਆ ਕਰਾਇਮ ਆ ਕਰਾਇਮ ਜਿਹੜਾ ਹੈਗਾ ਆ ਵਾਦਾ ਵੀ ਆ ਤੇ ਤੁਸੀਂ ਕੰਟਰੋਲ ਵੀ ਕਰਦੇ ਹੈਗੇ ਆ ਕਰਾਇਮ ਬਾਰੇ ਤੁਹਾਡੇ ਕਿਉਂਕਿ ਤੁਸੀਂ 27 ਸਾਲ ਸਰਵਿਸ ਕੀਤੀ ਹੈਗੀ ਤੁਸੀਂ ਕਿਉਂਕਿ ਜਿਹੜੇ ਮੁਜਰਮ ਹੋਣਗੇ ਬਹੁਤ ਫੜੇ ਹੋਣਗੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਉਹ ਕਿਉਂ ਇਸ ਦੁਨੀਆ ਦੇ ਵਿੱਚ ਜਿਹੜੇ ਐਂਟਰੀ ਕਰਦੇ ਹੈਗੇ ਨੇ ਅਜੀ ਕ੍ਰਾਈਮ ਦਾ ਅਗਰ ਕਈ ਹੈ ਇੱਕ ਸੋਸ਼ਲ ਰੀਜ਼ਨ ਲਾਈਏ ਅਸੀਂ ਮੈਂ ਅਗਰ ਇੰਡੀਆ ਦੀ ਗੱਲ ਕਰਾਂ ਤੇ ਉੱਥੇ ਅਗਰ ਗਰੀਬੀ ਅਮੀਰੀ ਦਾ ਬਹੁਤ ਵੱਡਾ ਫਰਕ ਹੈ ਉੱਚ ਜੀ ਠੀਕ ਹੈ ਨਾ ਉਸ ਕਰਕੇ ਇੱਕ ਕ੍ਰਿਮੀਨਲ ਅਗਰ ਉਹਦੀ ਮੈਂਟੈਲਿਟੀ ਅਸੀਂ ਅਗਰ ਜੱਜ ਕੀਤੀ ਹੈ ਤੇ ਉਹ ਸ਼ਾਰਟਕਟ ਮਾਰ ਕੇ ਜਲਦੀ ਅਮੀਰ ਹੋਣਾ ਚਾਹੁੰਦਾ ਹੈ ਜੀ ਇਹ ਤੋਂ ਕਾਰਨ ਹੋ ਗਿਆ ਸੋਸ਼ਲ ਕਾਰਨ ਹੋ ਗਿਆ ਜੀ ਇਹ ਕੱਜਕੱਲ ਗੈਂਗਵਾੜੇ ਦਾ ਤੁਸੀਂ ਦੇਖ ਰਹੇ ਚੱਲ ਰਹੀ ਹੈ ਉਹ ਦੇਖਾ ਦੇਖੀ ਹੁੰਦਾ ਹੈ ਜੀ ਕਿ ਉਹਨੂੰ ਬੌਸ ਦਿਖਾਉਂਦੇ ਆ ਉਹਨੂੰ ਉਹਨੂੰ ਹੀਰੋ ਦਿਖਾਉਂਦੇ ਗੈਂਗਸਟਰ ਨੂੰ ਜੀ ਤੇ ਉਹ ਸਾਡੀ ਜਿਹੜੀ ਅੱਜ ਕੱਲ ਨਵੀਂ ਪੀੜ੍ਹੀ ਨੂੰ ਦੇਖ ਦੇ ਕੇ ਉਹ ਹੀਰੋ ਮੰਨ ਲੈਂਦੀ ਆਪਣਾ ਜੀ ਤੇ ਐਦਾਂ ਕਰਕੇ ਤਾਂ ਕਈ ਕਾਰਨ ਹੈਗੇ ਦਾ ਨਾ ਕਿ ਜਿੱਦਾਂ ਕੋਈ ਕ੍ਰਿਮੀਨਲ ਕ੍ਰਿਮੀਨਲ ਬਣਦਾ ਹੈਗਾ ਮਜਬੂਰੀ ਕਰਕੇ ਬਣਦੇ ਆ ਕਈ ਜੀ ਤਾਂ ਵਾਕਈ ਇਸੇ ਗੱਲ ਪਰ ਜਦੋਂ ਚਲੋ ਤੁਸੀਂ ਜਦੋਂ ਮੁਜਰਮ ਨੂੰ ਫੜਦੇ ਹੋ ਤੇ ਫਿਰ ਕੀ ਉਹ ਤੁਹਾਨੂੰ ਆਪਣੇ ਆਪ ਸਾਰਾ ਕੁਝ ਦੱਸਨਦਾ ਜਾਂ ਉਹ ਪਮਯੋਦ ਕੋਈ ਅਸਲਾ ਜਾਂ ਉਹਦੇ ਕੋਈ ਨਸ਼ਾ ਹੈਗਾ ਤੇ ਜਾਂ ਕਿ ਉਸ ਨੂੰ ਜਿਹੜਾ ਹੈਗਾ ਵੀ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਹੋ ਤੇ ਉਸ ਦੇ ਉੱਤੇ ਕੇਸ ਚੱਲਦਾ ਹੈਗਾ ਉਹ ਕਿਦਾਂ ਵਰਕਆਊਟ ਹੁੰਦਾ ਹੈਗਾ ਮੁਜਰਮ ਨੂੰ ਕਿਉਂ ਕੇਸ ਬਾਰੇ ਡਿਟੇਲ ਵਿੱਚ ਦੱਸ ਸਕਦੇ ਹੋ ਕੁਝ ਭਜੀ ਇਹ ਡਿਪੈਂਡ ਕਰਦਾ ਹੈ ਜਿਹੜਾ ਇਨਵੈਸਟੀਗੇਟਰ ਅਫਸਰ ਹੈ ਜੀ ਉਹਦੇ ਮਾਈਂਡ ਸੈਟ ਤੇ ਜੀ ਕਿ ਉਹ ਕਿਦਾਂ ਪੁੱਛਣਾ ਚਾਹ ਰਿਹਾ ਉਸ ਤੋਂ ਬੇਸਿਕਲੀ ਅਸੀਂ ਜੋ ਇਨਵੈਸਟੀਗੇਟਰ ਹੁੰਦਾ ਜੀ ਉਹਦਾ ਅਗਰ ਮਾਈਂਡਸੈਟ ਪੋਜ਼ਿਟਿਵ ਹੈ ਤੇ ਉਹ ਗੱਲਾਂ ਗੱਲਾਂ ਨਾਲ ਉਹਨੂੰ ਇਨਵੈਸਟੀਗੇਸ਼ਨ ਕਰ ਕਰਕੇ ਕਰ ਕਰਕੇ ਉਹ ਉਹਦਾ ਸਕਿੱਲ ਹੈਗਾ ਉਹਦਾ ਜੀ ਉਹ ਸਕਿੱਲ ਨਾਲ ਸਾਰੀ ਗੱਲਾਂ ਅੱਜਕੱਲ ਪਿਆਰ ਨਾਲ ਸਭ ਕੁਝ ਦੱਸ ਦਿੰਦੇ ਲੋਕ ਜੀ ਸਾਨੂੰ ਕੋਈ ਇਹਦਾ ਦੀ 3rd ਡਿਗਰੀ ਜਾਂ ਕੋਈ ਇਹਦਾ ਤਰੀਕਾ ਨਹੀਂ ਬਣਾਉਣਾ ਪੈਂਦਾ ਪਿਆਰ ਨਾਲ ਉਹ ਦੱਸ ਦਿੰਦੇ ਸਾਰਾ ਕੁਝ ਉਹਦਾ ਹਾਂਜੀ ਵਾਕਿਆ ਹੀ ਸਹੀ ਗੱਲਾਂ ਤੇ ਇਸ ਕਰਕੇ ਹਮੇਸ਼ਾ ਕਿਉਂਕਿ ਜਦੋਂ ਤੁਸੀਂ ਇਦਾਂ ਦੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਤੁਹਾਤੋਂ ਤੁਸੀਂ ਇਸ ਕੋਈ ਗਲਤ ਸਟੈਪ ਚੱਕ ਲੈਨੇ ਹੈਗੇ ਹੋ ਜਾਂ ਤੁਸੀਂ ਫੜੇ ਜਾਂਦੇ ਹੈਗੇ ਹੋ ਤੇ ਕਿਉਂਕਿ ਕੋਈ ਇਸ ਨੂੰ ਕੋਈ ਜਦਾਂ ਦੱਸਿਆ ਹੈਗਾ ਵੀ ਗਰੀਬੀ ਤੇ ਅਮੀਰੀ ਦਾ ਜਿਹੜਾ ਹੈਗਾ ਫਾੜਾ ਇੱਕ ਬਹੁਤ ਵੱਡਾ ਹੈਗਾ ਤਾਂ ਕਰਕੇ ਇਸ ਦੁਨੀਆ ਦੇ ਵਿੱਚ ਕਈ ਵਾਰ ਲੋਕੀ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਐਂਟਰੀ ਕਰ ਜਾਂਦੇ ਨੇ ਤੇ ਕਿਉਂਕਿ ਉੱਥੇ ਜਦੋਂ ਪਿੱਛੇ ਜੇ ਵੀ ਕਾਫੀ ਦਿੱਲੀ ਦੇ ਵਿੱਚ ਗੈਂਗਲੇਫ ਹੋਏ ਸੀਗੇ ਉਹ ਵਿੱਚੋਂ ਫੜੇ ਵੀ ਗਏ ਪੁਲਿਸ ਵੱਲੋਂ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਸਜ਼ਾ ਵੀ ਹੋਈਆਂ ਪੁਲਿਸ ਉਹ ਜੇਲਾਂ ਦੇ ਵਿੱਚ ਵੀ ਰਹੇ ਉਹਨਾਂ ਬਾਰੇ ਜਿਹੜੇ ਲੋਕੀ ਇਹ ਜਿਹੜਾ ਇਕੱਠੇ ਹੋ ਕੇ 10-15 15 ਜਾਣੇ ਗੈਂਗਰੇਪ ਕਰਦੇ ਨੇ ਉਹਨਾਂ ਨੂੰ ਕਿਉਂਕਿ ਕੀ ਵਾਰ ਪਿੱਛੋਂ ਪ੍ਰੈਸ਼ਰ ਪੈ ਜਾਂਦਾ ਹੈਗਾ ਉਹਨਾਂ ਨੂੰ ਕੀ ਵਾਰ ਫੇਰ ਛੱਡਣਾ ਵੀ ਪੈਂਦਾ ਹੈਗਾ ਇਦਾਂ ਦਾ ਹੁੰਦਾ ਜਾਂ ਕਿ ਨਹੀਂ ਹੁੰਦਾ ਜੀ ਨਹੀਂ ਨਹੀਂ ਭਾਜੀ ਇਦਾਂ ਦਾ ਕੋਈ ਇਨਸੀਡੈਂਟ ਅਜ ਤੱਕ ਮੇਰੀ ਨੌਲੇਜ ਨਹੀਂ ਆਇਆ ਨਾ ਇਦਾਂ ਹੁੰਦਾ ਕਦੀ ਜੀ ਤੇ ਉਹ ਜਿਹੜਾ ਇਨਸੀਡੈਂਟ ਸੀਗਾ ਗੈਂਗ ਰੇਪ ਜਿਹੜਾ ਦਿੱਲੀ ਦਾ ਹੋਇਆ ਸੀਗਾ ਉਹ ਉਹ ਤਾਂ ਸਾਰੇ ਜਿਹੜਾ ਸਾਰੇ ਨਸ਼ੇ ਸੀਗੇ ਸਾਰੇ ਬੰਦੇ ਉਹ ਉਹਨਾਂ ਨੇ ਨਸ਼ੇ ਕੀਤਾ ਮਗਰ ਉਹਨਾਂ ਨੂੰ ਵਧੀਆ ਇਨਵੈਸਟੀਗੇਸ਼ਨ ਕੀਤੀ ਦਿੱਲੀ ਪੁਲਿਸ ਨੇ ਹੋਰ ਉਹਨਾਂ ਨੂੰ ਬਿਲਕੁਲ ਐਨ ਅੰਜਾਮ ਤੱਕ ਬਚਾਇਆ ਉਹਨਾਂ ਨੂੰ ਜੀ ਤੇ ਉਹਨਾਂ ਦਾ ਜੋ ਲਾਸਟ ਕਹਿੰਦੇ ਨਾ ਉਹਨਾਂ ਨੂੰ ਸਜ਼ਾ ਜਿਹੜੀ ਮਿਲੀ ਲਾਸਟ ਐਂਡ ਜਿਹੜਾ ਹੁੰਦਾ ਉਹ ਮਿਲੇ ਉਹਨਾਂ ਨੂੰ हां जी वाकई हमेशा आप हमे ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋ ਭਾਵੇਂ ਭਾਰਤ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਅਗਰ ਜੇ ਕੋਈ ਕ੍ਰਾਈਮ ਕਰਦਾ ਹੈਗਾ ਤਾਂ ਉਸ ਨੂੰ ਜਿਹੜੀ ਸਜ਼ਾਵਾਂ ਅਸੀਂ ਵੀ ਕਹਿੰਦੇ ਹਾਂ ਉਸ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈਗੀ ਆ ਪੁਲਿਸ ਹਮੇਸ਼ਾ ਦਿੰਦੀ ਹੈਗੀ ਸਜ਼ਾਵਾਂ ਇੱਥੇ ਵੀ ਜੇ ਕੋਈ ਕ੍ਰਾਈਮ ਕਰਦਾ ਹੈਗਾ ਜੀ ਭਾਵੇਂ ਹੋਰ ਕਿਸੇ ਵੀ ਮੁਲਕਾਂ ਦੇ ਵਿੱਚ ਆ ਅਗਰ ਜੇ ਉਸ ਨੂੰ ਸ਼ੱਕ ਪੱਕਾ ਹੋ ਜਾਂਦਾ ਵੀ ਇਸ ਕੋ ਪ੍ਰੂਫ ਹੈਗੇ ਨੇ ਇਸ ਨੇ ਇਹ ਕ੍ਰਾਈਮ ਕੀਤਾ ਹੈਗਾ ਤਾਂ ਉਸ ਨੂੰ ਜਿਹੜੀ ਸਜ਼ਾ ਆ ਦਿੱਤੀ ਜਾਂਦੀ ਆ ਗੱਲ ਕਰਦੇ ਹੁਣ ਤੁਸੀਂ ਚਲੋ ਇੰਡੀਆ ਤੋਂ ਕੈਨੇਡਾ ਦੀ ਫੇਰੀ ਦੇ ਉੱਤੇ ਆਇਓ ਕੈਨੇਡਾ ਦੇ ਦੌਰ ਦੇ ਉੱਤੇ ਆ ਤੁਹਾਨੂੰ ਕੀ ਫਰਕ ਲੱਗਿਆ ਹੈਗਾ ਜੀ ਕੈਨੇਡਾ ਤੇ ਇੰਡੀਆ ਦੇ ਬਾਰੇ ਆਪਣੇ ਇੱਥੇ ਦੇ ਕੈਨੇਡਾ ਬਾਰੇ ਜੀ ਫਰਕ ਸਭ ਤੋਂ ਵੱਡਾ ਭਾਜੀ ਸਵੇਰੇ ਉੱਠੋ ਤੁਹਾਨੂੰ ਪਿਓਰ ਆਕਸੀਜਨ ਮਿਲੇਗੀ ਉੱਥੇ ਤੇ ਜੀ ਜੀ ਸਭ ਤੋਂ ਵੱਡਾ ਫਰਕ ਤਾਂ ਇਹ ਰਹੀ ਹੈ এনवायरमेंट ਦਾ ਫਰਕ ਹੈ ਤੁਹਾਨੂੰ ਪਿਓਰ ਆਕਸੀਜਨ ਮਿਲੇਗੀ ਮੈਂ ਵਾਕ ਕਰਨ ਜਾਣਾ ਸਾਨੂੰ ਬਿਲਕੁਲ ਐਨ ਜਿਹਦਾ ਨਾ ਸਾਫ ਸੁਥਰਾ ਪੂਰਾ ਉਹ ਆਪਣਾ ਕੀ ਕਹਿੰਦੇ ਇਹਨੂੰ ਪਾਥ ਜਿਹੜਾ ਹੈਗਾ ਉਹ ਸੀਟ ਜਿਹੜੀ ਮਿਲਦੀ ਹੈ ਉਹ ਵਧੀਆ ਮਿਲਦਾ ਹੈ ਨਾਲ ਕੋਈ ਇੱਥੇ ਇੱਕ ਤਾਂ ਬੜੀ ਵੱਡੀ ਇੱਥੇ ਅਸੀਂ ਕਦੀ ਹਾਰਨ ਨਹੀਂ ਸੁਣਿਆ ਸ਼ੋਸ਼ਰਾ ਬਜਦਾ ਹੈ ਬਹੁਤ ਘੱਟ ਇੱਥੇ ਸ਼ੋਸ਼ਰਾ ਬਾ ਕੋਈ ਇਦਾਂ ਨਹੀਂ ਬੜਾ ਪੀਸ ਆਫ ਮਾਈਂਡ ਹੈ ਜੀ ਮਤਲਬ ਕਿ ਅਗਰ ਕਿਸੇ ਨੇ ਚੰਗੀ ਲਾਈਫ ਜੀਣੀ ਹੈ ਤੇ ਉਹ ਇੱਥੇ ਆ ਸਕਦਾ ਇੱਥੇ ਪੀਸ ਆਫ ਮਾਈਂਡ ਬਹੁਤ ਅੱਛਾ ਹੈ ਜੀ ਵਾਕਿਆ ਹੀ ਕਿਉਂਕਿ ਤੁਹਾਡੇ ਕੋ ਏਡਾ ਵੱਡਾ ਉਥੇ ਆਉਦਾ ਇੱਕ ਡੀਐਸਪੀ ਬਹੁਤ ਵੱਡਾ ਜਿਹੜਾ ਆਉਦਾ ਹੁੰਦਾ ਹੈਗਾ ਬਹੁਤ ਵੱਡੀ ਇੱਕ ਮਤਲਬ ਤੁਹਾਡੇ ਕੋ ਹੈਗਾ ਉਥੇ ਪਰ ਜਿੱਦਾਂ ਜਿਹੜੇ ਸਾਡੇ ਹੋਰ ਬੱਚੇ ਨੇ ਕੀਤਾ ਕਰਕੇ ਇਸ ਸਿਸਟਮ ਕਰਕੇ ਹੀ ਇਸ ਮੁਲਕ ਦੇ ਵਿੱਚ ਆ ਰਹੇ ਨੇ ਪਾਜੀ ਸਾਰੇ ਡਿਫਰੈਂਟ ਡਿਫਰੈਂਟ ਰੀਜ਼ਨ ਹੋ ਸਕਦੇ ਆ ਜੀ ਕਈ ਅੱਛੀ ਸਟੱਡੀ ਕਰਨ ਜਾ ਰਹੇ ਗਏ ਆ ਜੀ ਕਈ ਜਨਾਬ ਉਥੇ ਕੋਈ ਕੰਮ ਅਗਰ ਜਿੱਦਾਂ ਥੋੜੀ ਜੀ ਹੈ ਥੋੜੀ ਜੀ ਉਥੇ ਕੰਮ ਦੀ ਘਾਟ ਹੈਗੀ ਹੈ ਤੇ ਚੰਗਾ ਕੰਮ ਕਰਨ ਲਈ ਇੱਥੇ ਆ ਰਹੇ ਆ ਬੇਸਿਕਲੀ ਐਜ਼ ਸਟੂਡੈਂਟ ਆਉਂਦੇ ਆ ਜਾਂ ਐਜ਼ ਅ ਵਰਕ ਪਰਮਿਟ ਚ ਆਉਂਦੇ ਆ ਆਪਣਾ ਬੰਦੇ ਨੂੰ ਵੀ ਹੁੰਦਾ ਕਿ ਮੈਂ ਚੰਗੀ ਲਾਈਫ ਕਿੱਥੇ ਸਪੈਂਡ ਕਰਾਂ ਤੇ ਉਹ ਇਸ ਕੰਟਰੀ ਨੂੰ ਜ਼ਿਆਦਾ ਪ੍ਰਿਫਰ ਕਰ ਰਹੇ ਆਗੇ ਜੀ ਵਾਕਈ ਜਿੱਦਾਂ ਹੁਣ ਤੁਸੀਂ ਵੀ ਪੁਲਿਸ ਡਿਪਾਰਟਮੈਂਟੋਂ ਤੇ ਇੱਥੇ ਜਿਹੜੀ ਪੁਲਿਸ ਸਾਦ ਤੋਂ ਅਸੀਂ ਦੇਖ ਰਹੇ ਹੈਗੇ ਹਾਂ ਤੁਹਾਨੂੰ ਕੀ ਫਰਕ ਲੱਗਿਆ ਕੋਈ ਹੈਗਾ ਜਾਂ ਕਿ ਕੋਈ ਕੰਮ ਕਿਉਂਕਿ ਤੁਸੀਂ ਵੀ 27 ਸਾਲ ਸਰਵਿਸ ਸਟੈਲ ਕਰ ਰਹੇ ਹੈਗੇ ਹੋ ਇੱਥੇ ਦੀ ਪੁਲਿਸ ਦਾ ਤੁਹਾਨੂੰ ਕੋਈ ਫਰਕ ਲੱਗਿਆ ਹੈਗਾ ਜਾਂ ਕਿ ਜੀ ਭਾਜੀ ਫਰਕ ਤਾਂ ਹੁਣ ਵੈਸੇ ਕੰਪੈਰੀਸ਼ਨ ਦਾ ਕਰਨਾ ਨਹੀਂ ਚਾਹੀਦਾ ਸਾਡਾ ਕੰਮ ਕਰਨ ਦਾ ਉੱਥੇ ਸਟਾਈਲ ਤੇ ਕ੍ਰਾਈਮ ਦਾ ਉੱਥੇ ਟ੍ਰੈਂਡ ਹੋਰ ਡਿਫਰੈਂਟ ਹੈ ਇੱਥੇ ਭਾਗਰ ਹੁਣ ਹੁਣ ਮੈਂ ਦੇਖ ਰਿਹਾ ਜਿਵੇਂ ਦੋਥੇ ਮਿਲਿਆ ਤਾਂ ਮੈਂ ਜਦੋਂ ਜਦੋਂ ਆਇਆ ਤੇ ਇੱਥੇ ਥੋੜਾ ਕ੍ਰਾਈਮ ਇਨਕਰੀਜ਼ ਹੋ ਗਿਆ ਇੱਥੇ ਜੀ ਇੱਥੇ ਹੁਣ ਘਰਾਂ ਚ ਆਮੂਮਨ ਜਿਹੜਾ ਮੁਲਜ਼ਮ ਹੈ ਉਹ ਵੜ ਜਾਂਦਾ ਹੈ ਲੁੱਟ ਖੋਹ ਹੋ ਰਹੀਆਂ ਗੱਡੀਆਂ ਹੋ ਕੇ ਲੈ ਜਾਂਦੇ ਆ ਪਿਸਟਲ ਯੂਜ਼ ਕਰਦੇ ਆ ਗੋਲੀ ਮਾਰ ਦਿੰਦੇ ਆ ਜੀ ਤੇ ਪਿੱਛੇ ਵੀ ਦੋ ਤਿੰਨ ਇਨਸੀਡੈਂਟ ਆ ਤਾਂ ਮੇਰੇ ਸਾਹਮਣੇ ਆਏ ਆ ਤੇ ਮਗਰ ਪੁਲਿਸ ਠੀਕ ਹੈ ਉਹ ਆਪਣਾ ਕਈ ਕਹਿੰਦੇ ਕਿ ਨਹੀਂ ਪੁਲਿਸ ਇੱਥੇ ਨਹੀਂ ਕੰਮ ਕਰ ਰਹੀ ਮਗਰ ਪੁਲਿਸ ਆਪਣਾ ਬੈਕ ਪਿੱਛੇ ਬੈਕਗਰਾਉਂਡ ਕੰਮ ਕਰਦੀ ਰਹਿੰਦੀ ਹੈ ਹਾਂਜੀ ਜੋ ਵੀ ਉਹਨਾਂ ਦੀ ਆਪਣੀ ਪਰਸਨਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਵਾਕਿਆ ਹੀ ਉਹ ਜਲਦੀ ਰਹਿੰਦੀ ਹੈ ਜੀ ਇਨਵੈਸਟੀਗੇਸ਼ਨ ਕਰਦੇ ਨੇ ਉਹ ਤੇ ਜਦ ਤੱਕ ਉਹਨਾਂ ਕੋ ਪੱਕੇ ਪੁਕਤਾ ਜਿਹੜੇ ਪ੍ਰੂਫ ਹੁੰਦੇ ਨੇ ਪ੍ਰੂਫ ਹੁੰਦੇ ਨੇ ਜਦ ਤੱਕ ਨਹੀਂ ਮਿਲਦੇ ਹੈਗੇ ਜਦ ਤੱਕ ਉਹ ਨਹੀਂ ਹੱਥ ਲਾਉਂਦੇ ਹੈਗੇ ਜਦੋਂ ਉਹਨਾਂ ਕੋ ਪ੍ਰੋਪਰਲੀ ਪ੍ਰੂਫ ਉਹਨਾਂ ਨੂੰ ਮਿਲ ਜਾਂਦੇ ਹੈਗੇ ਨੇ ਤੇ ਫੇਰ ਹੀ ਜਾ ਕੇ ਜਿਹੜੇ ਉਸ ਨੂੰ ਫੜਦੇ ਨੇ ਆ ਕੀ ਵਾਰ ਸੁਣਦੇ ਵਿੱਚ ਜੀ ਇੱਕ ਤੇ ਜਦੋਂ ਕਈ ਵਾਰ ਇਕੱਠੇ ਬੈਠੇ ਹੁੰਨੇ ਆ ਅਗਰ ਜਿਹੜੀ ਇੱਥੇ ਦੀ ਹੋ ਗਈ ਆ ਤੇ ਇਹਨਾਂ ਨੂੰ ਜੇ ਇੰਡੀਆ ਵਾਂਗੂ ਪੁਲਿਸ ਜੇ ਆਪਣੇ ਜਿਹੜੀ ਕਿ ਜੇ ਮੁਜਰਮ ਕੋਈ ਹੈਗਾ ਤੇ ਉਸਦੇ ਉੱਤੇ ਡੰਡਾ ਫਲੇਟ ਹੋਵੇ ਡੰਡਾ ਚਾੜੇ ਤੇ ਫੇਰ ਇਹ ਜਿਹੜੇ ਬੰਦੇ ਨੇ ਫਿਰ ਬੰਦੇ ਨਹੀਂ ਬਣ ਸਕਦੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਵਾਕਈ ਇੱਕ ਕਿਉਂਕਿ ਵਾਕਈ ਇਹਦੇ ਵਿੱਚ ਸੁਧਾਰ ਹੋਣ ਵਾਲੀ ਇਹ ਨਹੀਂ ਹੁਣ ਮੈਨੂੰ ਵੀ ਇੱਥੇ ਬਹੁਤ ਲੰਬਾ ਸਮਾਂ ਹੋ ਗਿਆ ਇਹ ਕਾਨੂੰਨ ਅਜ ਤੋਂ 40 50 ਜਾਂ 100 ਸਾਲ ਪਹਿਲਾਂ ਦੇ ਜਿਹੜੇ ਬਣੇ ਉਹ ਉਹੀ ਬਣੇ ਆ ਰਹੇ ਨੇ ਪਰ ਜਿਹੜੇ ਇੱਥੇ ਲੋਕੀ ਪੀਆ ਆ ਰਹੇ ਨੇ ਇਮੀਗ੍ਰੈਂਟ ਆ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਨੇ ਕਿਉਂਕਿ ਪਹਿਲਾਂ ਲੋਕੀ ਹੋਰ ਸਿਸਟਮ ਦੇ ਨਾਲ ਫਾਲੋ ਕਰਦੇ ਸੀ ਲਕੀਰ ਦੇ ਫਕੀਰ ਸੀਗੇ ਪਰ ਅੱਜ ਕੱਲ੍ਹ ਜਦ ਤੱਕ ਲੋਕੀ ਸਾਡੇ ਮਿਸਯੂਜ਼ ਨਹੀਂ ਕਰਦੇ ਹੈਗੇ ਜਦ ਤੱਕ ਉਸ ਨੂੰ ਲਾ ਨੂੰ ਲਾ ਨਹੀਂ ਸਮਝਦੇ ਹੈਗੇ ਪਰ ਕਾਨੂੰਨ ਦੇ ਵਿੱਚ ਵਾਕਿਆ ਹੀ ਇਹ ਮੈਂ ਕਹਿ ਰਿਹਾ ਹੈਗਾ ਜਰੂਰ ਇੱਥੇ ਸੁਧਾਰ ਹੋਣ ਵਾਲਾ ਹੈਗਾ ਕੁਝ ਨਾ ਕੁਝ ਜਿਹੜਾ ਕਾਨੂੰਨ ਜਿਹੜੇ ਸਟ੍ਰਿਕਟ ਹੋਣੇ ਚਾਹੀਦੇ ਨੇ ਬੰਦਾ ਇੱਥੇ ਸਵੇਰੇ ਫੜਕੇ ਸ਼ਾਮ ਨੂੰ ਉਹ ਵੇਲ ਦੇ ਉੱਤੇ ਆ ਜਾਂਦਾ ਭਾਵੇਂ ਉਹਨੇ ਕੋਈ ਚੋਰੀ ਕੀਤੀ ਆ ਜਾਂ ਘਰ ਤੋਂ ਆਡੇ ਚੋਰੀ ਕੀਤੀ ਆ ਜਾਂ ਕੋਈ ਭਾਵੇਂ ਕਾਰ ਚੋਰੀ ਕਰਕੇ ਲੈ ਗਿਆ ਜਾਂ ਕਿਸੇ ਕਰੇ ਹੁੰਦਾ ਹੈਗਾ ਤੇ ਉਹ ਦਸਦਾ ਨਹੀਂ ਕੁਛ ਹੈਗਾ ਇਸ ਕਰਕੇ ਵਾਕਈ ਜੇ ਇੰਡੀਆ ਵਾਲਾ ਸਿਸਟਮ ਇਥੇ ਵਰਤੇ ਜਾਵੇ ਤੇ ਮੇਰੇ ਹਿਸਾਬ ਨਾਲ ਜਿਹੜੇ ਨਿੱਕੇ ਮੋٹے ਚੋਰੀਆਂ ਕਰਨ ਵਾਲੇ ਨੇ ਉਹ ਬੰਦੇ ਜ਼ਰੂਰ ਬਣ ਜਾਣਗੇ ਸਿਸਟਮ ਦਾ ਭਾਜੀ ਇੰਦਾ ਇੰਡੀਆ ਜਿਹਾ ਤਾਂ ਕੁਝ ਨਹੀਂ ਹੈਗਾ ਉਹ ਪਹਿਲੇ ਅਸੀਂ ਸੁਣੀਆ ਸੁਣੀਆ ਜਿੱਦਾਂ ਗੱਲਾਂ ਹੁੰਦੀਆਂ ਸੀ ਡੰਡਾ ਫੇਰਦਾ ਪਰ ਹਾਂ ਥੋੜੀ ਸਟ੍ਰਿਕਨੈਸ ਹੈਗੀ ਹੈ ਸਾਡੇ ਕੋਲ ਲਾ ਥੋੜਾ ਸਟਰੋਂਗ ਹੈਗਾ ਉਥੇ ਜੀ 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 ਜਿਹੜਾ ਭਾਜੀ ਕੈਨੇਡਾ ਚ ਲਾ ਹੈ ਨਾ ਇਹ ਆਪਾਂ ਜੇ ਥੋੜਾ ਡੀਪਲੀ ਸੋਚੀਏ ਤੇ ਇਹ ਬਣਿਆ ਨਹੀਂ ਸੀ ਕ੍ਰਿਮੀਨਲ ਨੂੰ ਥੋੜਾ ਸਾ ਉਹਨੂੰ ਕ੍ਰਿਮੀਨਲਲੀ ਜਿਆਦਾ ਬਣਿਆ ਨਹੀਂ ਸੀਗਾ ਬੜਾ ਸੌਫਟ ਬਣਿਆ ਸੀ ਉਹਨਾਂ ਲਈ ਇਹ ਤਾਂ ਹੁਣ ਥੋੜਾ ਟ੍ਰੈਂਡ ਚੇਂਜ ਹੋ ਗਿਆ ਕਿ ਕ੍ਰਾਈਮ ਥੋੜਾ ਵਧੀ ਜਾ ਰਿਹਾ ਹੈ ਤੇ ਮੇਰਾ ਥੋੜਾ ਮੰਨ ਹੈ ਕਿ ਇਹਨਾਂ ਨੂੰ ਥੋੜਾ ਜਿਹਾ ਆਪਣਾ ਜਿਹੜਾ ਲਾਅ ਹੈ ਇਹਨੂੰ ਥੋੜਾ ਸਟਿਕ ਕਰਨਾ ਪਏਗਾ ਜੀ ਨਹੀਂ ਤੇ ਕ੍ਰਾਈਮ ਦਾ ਬੇਸਿਕਲੀ ਇੱਕ ਉਹਦੀ ਮੈਂਟੈਲਿਟੀ ਮੁਲਜਿੰਦੀ ਦੀ ਕੀ ਹੈ ਕਿ ਮੇਰਾ ਕੁਝ ਨਹੀਂ ਹੋ ਰਿਹਾ ਜਿਦਾਂ ਅਸੀਂ ਇੰਡੀਅਨ ਦੀ ਹੁੰਦੀ ਹੈ ਨਾ ਕਿ ਮੇਰਾ ਤਾਂ ਕੁਝ ਪੁਲਿਸ ਨੇ ਕੀ ਵਿਗਾੜ ਲਿਆ ਉਹਨੇ ਅਗਲੇ ਦਿਨ ਜਾ ਕੇ ਫਿਰ ਕ੍ਰਾਈਮ ਕਰ ਲੈਣਾ ਹੈ ਜੀ ਇੱਥੇ ਸਿਸਟਮ ਵੱਖਰਾ ਹੈ ਹੂੰ ਐਥੇ ਉਹਨੂੰ ਮੌਕਾ ਦਿੰਦੇ ਆ ਹੂੰ ਮੌਕਾ ਨਾਲ ਇੱਕ ਮੌਕਾ ਤੇ ਦੋ ਮੌਕੇ ਦਿੱਤੇ ਜੀ ਅਗਰ ਉਹ ਸੁਧਰ ਗਿਆ ਠੀਕ ਹੈ ਨਹੀਂ ਤਾਂ ਉਹ ਬਹੁਤ ਜ਼ਿਆਦਾ ਹੁੰਦਾ ਫਿਰ ਉਹਦੇ ਲਈ ਬਲਬ ਡਿਜ਼ਾਸਟਰ ਹੋ ਜਾਂਦਾ ਉਹਦੇ ਲਈ ਮੁਜਰਮ ਦੀ ਉਹਦਾ ਆ ਜੀ ਵਾਕਈ ਸਹੀ ਗੱਲ ਆ ਪਰ ਇੱਥੇ ਰੀਸੈਂਟਲੀ ਜੀ ਇੱਥੇ ਇੱਕ ਬ੍ਰੈਂਟਨ ਦੇ ਵਿੱਚ ਇੱਕ ਪਲਾਜ਼ਾ ਹੈਗਾ ਉਸ ਦੇ ਵਿੱਚੋਂ ਇੱਕ ਮੁਜਰਮ ਸੀ ਕਾਰ ਦੇ ਵਿੱਚ ਪੁਲਿਸ ਵਾਲਿਆਂ ਨੇ ਫੜਿਆ ਉਸ ਨੂੰ ਤੇ ਉਹ ਗੁੱਟ ਵਿੱਚੋਂ ਪੁਲਿਸ ਦੇ ਵਿੱਚੋਂ ਗੁੱਟ ਸ਼ਦਾਸ਼ੀ ਉਹ ਭੱਜ ਗਿਆ ਹੈਗਾ ਤੇ ਮਤਲਬ ਕਿਈ ਵਾਰ ਪੁਲਿਸ ਨੂੰ ਬੋਲ ਕਬੋਲ ਵੀ ਬੋਲੇ ਜਾਂਦੇ ਨੇ ਕੁਝ ਲੋਕਾਂ ਬੋਲਿਓ ਮਤਲਬ ਪੁਲਿਸ ਵਾਲੇ ਕੁਛੇ ਦੀ ਕੁਛ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਪਰ ਅਗਰ ਜੀ ਆਪਾਂ ਕੰਪੇਅਰ ਕਰੀਏ ਉੱਥੇ ਜੇ ਇਦਾਂ ਦੇ ਕੋਈ ਬੋਲ ਕਬੋਲ ਬੋਲਦੇ ਹੈਗੇ ਮਤਲਬ ਵੈਸੇ ਰਿਸਪੈਕਟਡ ਨੇ ਤੁਹਾਡੀ ਸੁਰੱਖਿਆ ਵਾਸਤੇ ਪੁਲਿਸ ਕਰਮਚਾਰੀ ਕੰਮ ਕਰ ਰਹੇ ਨੇ ਤੁਹਾ ਕਮ ਕਰਦੇ ਨੇ ਤੁਸੀਂ ਉਹਨਾਂ ਨੂੰ ਹੀ ਜਿਹੜੇ ਇਦਾਂ ਦੇ ਗਲਤ ਬੋਲ ਬੋਲਦੇ ਹੋ ਜਾਂ ਉਹਨਾਂ ਨੂੰ ਮੂਰੇ ਅ ਕਈ ਵਾਰ ਜਿੱਦਾਂ ਇਦਾਂ ਬਾਹਰ ਛਡਾ ਕੇ ਭੱਜ ਜਾਣਗੇ ਕਿ ਕਿੱਥੇ ਭੱਜ ਜੇਗੇ ਕਿਤੇ ਨਹੀਂ ਭੱਜ ਸਕਦੇ ਹੈਗੇ ਭਾਵੇਂ ਤੁਸੀਂ ਭਾਰਤ ਦੇ ਵਿੱਚੋਂ ਭਾਵੇਂ ਤੁਸੀਂ ਇਸ ਮੁਲਕਾਂ ਦੇ ਵਿੱਚ ਹੈਗੇ ਹੋ ਤੁਹਾਨੂੰ ਇੱਕ ਦਿਨ ਜਿਹੜਾ ਅਪਰਾਧ ਦੀ ਦੁਨੀਆ ਦੇ ਵਿੱਚ ਗਿਆ ਹੈਗਾ ਪੁਲਿਸ ਨੇ ਤੁਹਾਨੂੰ ਕਾਬੂ ਕਰ ਹੀ ਲੈਣਾ ਹੈਗਾ ਤੁਸੀਂ ਇੱਕ ਦਿਨ ਤੁਹਾਨੂੰ ਸੀ ਫੜੀ ਤੁਹਾਨੂੰ ਲੈਣਾ ਹੈਗਾ ਤੇ ਮਤਲਬ ਜਿਹੜੇ ਬੋਲਕ ਬੋਲ ਵਾਲੀ ਗੱਲ ਹੈਗੀ ਆ ਪਰ ਅਸੀਂ ਵੀ ਕਹਿੰਦੇ ਹੈਗੇ ਖੁਦਾ ਪੁਲਿਸ ਨੂੰ ਜਿਹੜਾ ਇੱਥੇ ਬਹੁਤ ਸਖਤ ਹੋਣਾ ਪੈਣਾ ਹੈਗਾ ਜਦ ਤੱਕ ਸਖਤ ਨਹੀਂ ਹੁੰਦੀ ਸਖਤਾਈ ਨਹੀਂ ਕਰਦੀ ਹੈਗੀ ਆ ਜਿਹੜੇ ਆਪਣੇ ਹੋਣ ਕੁਝ ਕੁ ਸਾਲਾਂ ਦੋ ਤਿੰਨ ਸਾਲਾਂ ਤੋਂ ਲੋਕਾਂ ਦੇ ਘਰਾਂ ਦੇ ਉੱਤੇ ਸ਼ੂਟਿੰਗ ਕਰਦੀ ਗੋਲੀਆਂ ਚਲਾਤੀਆਂ ਲੋਕਾਂ ਦੇ ਘਰਾਂ ਦੇ ਵਿੱਚੋਂ ਕਰੀਆਂ ਦਿਰਿਆਕਾਰਾਂ ਨੇ ਉਹ ਚੋਰੀਆਂ ਕਰ ਲਈਆਂ ਹੈਗੀਆਂ ਜਦ ਤੱਕ ਇੱਥੇ ਜਿਹੜੀ ਹੈਗੀ ਲੋਕਾਂ ਦੇ ਜਿਹੜੇ ਯੋਲੀ ਸਟੋਰ ਨੇ ਉਹਨਾਂ ਦੇ ਸਟੋਰਾਂ ਦੇ ਵਿੱਚੋਂ ਜਿਹੜੇ ਸੋਨਾ ਚੋਰੀ ਕਰਕੇ ਲੈ ਜਾਂਦੇ ਨੇ ਜਦੋਂ ਤੁਸੀਂ ਕੰਮ ਤੇ ਜਾਣਾ ਪਤਾ ਨਹੀਂ ਕੰਮ ਤੋਂ ਤੁਹਾਡੀ ਗੱਡੀ ਸੇਫ ਖੜੀਆ ਬਾਹਰ ਨਹੀਂ ਖੜੀ ਹੈਗੀ ਜਾਂ ਸਵੇਰੇ ਤੁਸੀਂ ਉੱਠਦੇ ਹੋ ਤੁਹਾਡੀ ਗੱਡੀ ਘਰੇ ਹੈਗੀ ਆ ਜਾਂ ਕਿ ਕੋਈ ਚੋਰੀ ਕਰਕੇ ਲੈ ਗਿਆ ਹੈਗਾ ਇਸ ਕਰਕੇ ਇਹਨਾਂ ਨੂੰ ਜੇ ਪੁਲਿਸ ਨੂੰ ਪਤਾ ਵੀ ਹੁੰਦਾ ਜੀ ਗੱਡੀ ਉੱਥੇ ਚੋਰੀ ਖੜੀ ਆ ਤਾਂ ਤਾਂ ਵੀ ਛੇਤੀ ਛੇਤੀ ਜਿਹੜੀ ਪੁਲਿਸ ਆ ਉੱਥੇ ਤੱਕ ਜਿਹੜੀ ਹੈਗੀ ਅਪਰੋਚ ਨਹੀਂ ਕਰਦੀ ਨਹੀਂ ਪਹੁੰਚਦੇ ਹੈਗੇ ਪਰ ਅਕੀਂਆਂ ਦੇ ਲੋਕਾਂ ਦੇ ਟ੍ਰੈਫਿਕ ਸਿਸਟਮ ਜਿਹੜਾ ਲੱਗਿਆ ਹੁੰਦਾ ਕਾਰਾਂ ਨੂੰ ਪਤਾ ਹੁੰਦਾ ਹੈਗਾ ਇਸ ਕਰਕੇ ਜਿਹੜਾ ਪੁਲਿਸ ਨੂੰ ਇੱਥੇ ਜ਼ਰੂਰ ਜਿਹੜਾ ਸਖਤ ਹੋਣਾ ਪੈਣਾ ਹੈਗਾ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਚੇਂਜਿੰਗ ਲਿਆਉਣੀ ਪੈਣੀ ਹੈ ਤਬਦੀਲੀ ਲਿਆਉਣੀ ਪੈਣੀ ਹੈ ਫੇਰ ਹੀ ਇਸ ਮੁਲਕ ਦਾ ਜਿਹੜਾ ਹੈਗਾ ਸੁਧਾਰ ਜਿਹੜਾ ਹੋ ਸਕਦਾ ਹੈਗਾ ਆ ਜਿਹੜੇ ਨਸ਼ੇ ਵੇਚਦੇ ਨੇ ਜਾਂ ਜਿਹੜਾ ਹੋਰ ਗਲਤ ਕੰਮ ਕਰਦੇ ਨੇ ਕਿਉਂਕਿ ਸਵੇਰੇ ਜਾ ਕੇ ਸ਼ਾਮ ਨੂੰ ਘਰਾਂ ਦੇ ਵਿੱਚ ਆ ਜਾਂਦੇ ਨਹੀਂ ਕਿਨਾਂ ਇਸ ਕਰਕੇ ਜਦ ਤੱਕ ਜਿਹੜੇ ਸਖਤਾਈ ਨਹੀਂ ਕਰਦੇ ਜਾਂ ਉਹਨਾਂ ਨੂੰ ਇੱਥੋਂ ਰਿਪੋਰਟ ਨਹੀਂ ਕਰਦੇ ਜਾਂ ਉਹਨਾਂ ਨੂੰ ਸਖਤ ਜਿਹੜੀਆਂ ਸਜ਼ਾਵਾਂ ਨਹੀਂ ਦਿੰਦੇ ਹੈਗੇ ਜਦ ਤੱਕ ਉਹਨਾਂ ਨੇ ਬਾਜ ਨਹੀਂ ਆਉਣਾ ਹੈਗਾ ਇਸ ਕਰਕੇ ਆ ਜਰੂਰ ਜਿਹੜਾ ਇੱਥੇ ਵੀ ਜਿਹੜੇ ਕਾਨੂੰਨ ਆ ਜਿਹੜੇ ਸਖਤ ਹੋਣੇ ਚਾਹੀਦੇ ਨੇ ਆ ਗੱਲ ਕਰਦੇ ਹਾਂ ਜੀ ਸਿਸਟਮ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਆ ਦਿੱਲੀ ਦੇ ਵਿੱਚ ਕਿਦਾਂ ਚੱਲ ਰਿਹਾ ਹੈਗਾ ਰਾਈਟ ਨੋ ਕਿਉਂਕਿ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈਗੇ ਉਹ ਤੁਸੀਂ ਦੇਖਦੇ ਉੱਥੇ ਵੀ ਐਕਸੀਡੈਂਟ ਵਗੈਰਾ ਜਦੋਂ ਹੋ ਜਾਂਦੇ ਨੇ ਫੇਰ ਉੱਥੇ ਜਦੋਂ ਪੁਲਿਸ ਆਉਂਦੀ ਹੈਗੀ ਇਨਵਾਲਵ ਹੁੰਦੀ ਹੈ ਚਲੋ ਭਾਵੇਂ ਉਹ ਟ੍ਰੈਫਿਕ ਪੁਲਿਸ ਹੁੰਦੀ ਹੈਗੀ ਆ ਤੇ ਕੀ ਵਾਰ ਕੋਈ ਸੀਰੀਅਸ ਐਕਸੀਡੈਂਟ ਹੁੰਦਾ ਤੁਹਾਨੂੰ ਵੀ ਜਾਣਾ ਪੈਂਦਾ ਹੈਗਾ ਉੱਥੇ ਉਹ ਫਿਰ ਕਿਦਾਂ ਤੁਸੀਂ ਟੈਕਲ ਕਰਦੇ ਹੋ ਉੱਥੇ ਜੀ ਦਿੱਲੀ ਜੀ ਬਾਜੀ ਕੀ ਹੈਗਾ ਦਿੱਲੀ ਅਗਰ ਦੇਖੀਏ ਏਰੀਆ ਤੋਂ ਨਹੀਂ ਆ ਜੀ ਕਈ ਸਾਲਾਂ ਤੋਂ ਬਸ ਪੋਪੂਲੇਸ਼ਨ ਇੱਕ ਵਧੀ ਜਾ ਰਹੀ ਹੈ ਜੀ ਤੇ ਦਿੱਲੀ ਚ 10000 ਨਵੀਆਂ ਗੱਡੀਆਂ ਡੇਲੀ ਰੋਡ ਤੇ ਆਉਂਦੀਆਂ 10000 ਕਾਰਸ ਇਨ ਅ ਡੇ ਡੇਲੀ ਉਹ ਰੋਡ ਤੇ ਆਂਦੀਆਂ ਤੇ ਉਹ ਗੱਡੀਆਂ ਕਿੱਥੇ ਜਾਣੀਆਂ ਉਹ ਫਿਰ ਰੋਡਸ ਲਿਮਟਿਡ ਰੋਡਸ ਹੈਗੀਆਂ ਹੁਣ ਉਹ ਫਲਾਈਓਵਰ ਬਣਨ ਲੱਗੇ ਆ ਮਗਰ ਉਹ ਵੀ ਲਿਮਟਿਡ ਬਣ ਰਹੇ ਆ ਬੜੇ ਤੇ ਹੁਣ ਅਗਰ 10000 ਗੱਡੀਆਂ ਉਹ ਆ ਤੇ ਜਿਹੜੀ ਪੁਰਾਣੀਆਂ ਆਣੀਆਂ ਉਹ ਵੀ ਆਣੀਆਂ ਤੇ ਡੇਲੀ ਤੁਸੀਂ ਇਹ ਲਾ ਲਓ ਕਿ ਟ੍ਰੈਫਿਕ ਦੀ ਹਾਲਤ ਉਥੇ ਥੋੜੀ ਮਾੜੀ ਹੈ ਉਥੇ ਕਹਿਣ ਨੂੰ ਮੈਨੂੰ ਕੋਈ ਉਹ ਨਹੀਂ ਮਾੜੀ ਹੈ ਲੇਨ ਉਥੇ ਕੋਈ ਮੰਦਾ ਨਹੀਂ ਉਥੇ ਸਿਸਟਮ ਟ੍ਰੈਫਿਕ ਪੁਲਿਸ ਹੈ ਠੀਕ ਹੈ ਉਹ ਇੱਕ ਟ੍ਰੈਫਿਕ ਕਨਸਟੇਬਲ ਖੜਾ ਹੈ ਰੋਡ ਤੇ ਜੀ ਹਜ਼ਾਰਾਂ ਗੱਡੀਆਂ ਜਾ ਰਹੀਆਂ ਹਨ ਇੱਕ ਗੱਡੀ ਅਗਰ ਰੋਕੇਗਾ ਤਾਂ ਪਿੱਛੇ ਪੂਰਾ ਟ੍ਰੈਫਿਕ ਜਮ ਹੋ ਜਾਣਾ ਹੈ ਤੇ ਉਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਵੀ ਔਖਾ ਥੋੜਾ ਜਿਹਾ ਹੁੰਦਾ ਹੈ ਟ੍ਰੈਫਿਕ ਕੰਟਰੋਲ ਕਰਨਾ ਮਗਰ ਕੰਟਰੋਲ ਕਰ ਲੈਂਦੇ ਫਿਰ ਵੀ ਜੀ ਹਾਂ ਵਾਕਈ ਸਹੀ ਗੱਲ ਆ ਪਰ ਤੁਸੀਂ ਇੱਕ ਕੋਈ ਅਪਦਾ ਕੋਈ ਇੱਕ ਕਿਉਂਕਿ ਤੁਸੀਂ ਹੁਣ 27 ਸਾਲ ਸਟੇਲ ਸਰਵਿਸ ਕਰ ਰਹੇ ਹੈਗੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪੁਲਿਸ ਸਰਵਿਸ ਦੌਰਾਨ ਕੋਈ ਇਦਾਂ ਦਾ ਕੋਈ ਕੋਈ ਦੱਸਣਾ ਚਾਹੁੰਦੇ ਹੋ ਸ੍ਰੋਤਿਆਂ ਤੱਕ ਕੋਈ ਆਪਣੀ ਆਪਨਾਮਾ ਜਾਂ ਕੋਈ ਇਦਾਂ ਦੀ ਕੋਈ ਘਟਨਾ ਹੋਈ ਹੋਵੇ ਜਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਇਨਸਾਨ ਜ਼ਿੰਦਗੀ ਦੇ ਚਲੋ ਆਪਾਂ ਨੂੰ ਵੈਸੇ ਮਿਲਦੇ ਨੇ ਕਿਵਾਰ ਆਪਣੇ ਕੋਈ ਮੁਜਰਮ ਕਈ ਵਾਰ ਬਹੁਤ ਵਧੀਆ ਹੁੰਦੇ ਨੇ ਤੇ ਇਦਾਂ ਦਾ ਕੋਈ ਦੱਸਣਾ ਚਾਹਲੇ ਹੈਗੇ ਹੋ ਹਾਂ ਯਾਰ ਪਈ 25 ਸਾਲ ਤੱਕ ਮੈਂ ਤਾਂ ਮੱਲੇ ਕਈ ਹਜ਼ਾਰ ਕੇਸ ਆਪਣੇ ਇਨਵੈਸਟਿਗੇਟ ਕੀਤੇ ਆ ਤੇ ਕਈ ਕੇਸ ਮੇਰਾ ਇੱਕ ਬੜਾ ਮੈਂ ਡਿਸਕਸ ਕਰਨਾ ਦੋ ਮਿੰਟ ਲਈ ਜੀ ਇੱਕ ਕੇਸ ਆਇਆ ਸੀ ਮੇਰੇ ਕੋਲ ਜਿਹੜੀ ਆਪਣੀ ਯੂਕੇ ਐਮਬੈਸੀ ਹੈ ਉਹਨਾਂ ਦਾ ਰੈਫਰੈਂਸ ਆਇਆ ਸੀਗਾ ਜੀ ਤੇ ਯੂਕੇ ਐਮਬੈਸੀ ਜੋ ਕੇਸ ਆਇਆ ਸੀਗਾ ਕਿ ਉੱਥੇ ਇੱਕ ਆਪਣਾ ਮੁੰਡਾ ਸੀਗਾ ਸਿੰਘ ਸੀਗਾ ਤੇ ਉੱਥੇ ਰੇਪ ਐਂਡ ਮਰਡਰ ਕਰਕੇ ਦੋ ਕੁੜੀਆਂ ਦਾ ਉਹ ਇੰਡੀਆ 도ੜਾਇਆ ਸੀ ਉਹ ਜੀ ਉਹ ਦਾ ਕੁਝ ਨਹੀਂ ਪਤਾ ਲੱਗ ਪ ਰਿਆ ਸੀ ਉਹ 4-5 ਸਾਲ ਤੋਂ ਟਰਾਈ ਕਰ ਰਹੇ ਸੀ ਉਹਨੇ ਲਪਾਇਆ ਤੇ ਉਹ ਕੇਸ ਫਿਰ ਮੈਨੂੰ ਮਾਰਕ ਹੋਇਆ ਜੀ ਤੇ ਅਸੀਂ ਫਿਰ ਉਹਨਾਂ ਟੈਕਨੀਕਲ ਸਰਵੇਲੈਂਸ ਉਹਦੇ ਮਦਰ ਉਥੇ ਪੰਜਾਬ ਪੁਲਿਸ ਸੀਗੀ ਉਹਦੀ ਜੀ ਤੇ ਟੈਕਨੀਕਲ ਸਰਵੇਲੈਂਸ ਨਾਲ ਅਸੀਂ ਉਸ ਬੰਦੇ ਨੂੰ ਫੜਿਆ ਜੀ ਤੇ ਕਾਫੀ ਟਾਈਮ ਲੱਗਾ ਸਾਨੂੰ ਇੱਕ ਉਹ ਟੈਕਨੀਕਲ ਸਰਵੇਲੈਂਸ ਬੇਸਿਕਲੀ ਕੀ ਹੁੰਦੀ ਹੈ ਜੀ ਆਪਣਾ ਜਿਹੜੀ ਇੰਟਰਸੈਪਸ਼ਨ ਕਾਲਸ ਹੁੰਦੀ ਹੈ ਕਾਲ ਇੰਟਰਸੈਪਟ ਕੀਤੀਆਂ ਅਸੀਂ ਜੀ ਘਾਟ ਘਾਟ 1.5 ਲੱਖ ਕਾਲਾਂ ਅਸੀਂ ਇੰਟਰਸੈਪਟ ਕੀਤੀਆਂ ਜੀ 1.5 ਲੱਖ ਕਾਲਾਂ ਸੁਣੀਆ ਤੈਨ ਜਾ ਕੇ ਇੱਕ ਇੱਕ 5 ਸੈਕਿੰਡ ਦੀ ਸਾਨੂੰ ਕਾਲ ਆਈ ਕਿ ਉਹ ਇੱਥੇ ਹੈਗਾ ਅਸੀਂ ਉਹ ਮੈਨੂੰ ਬੜਾ ਇਸ ਵੈਰੀ ਨਾਈਸ ਕੇਸ ਬੜਾ ਗੁੱਡ ਕੇਸ ਸੀਗਾ ਉਹ ਉਹ ਯੂਨੀਵਰਸਿਟੀ ਅਗਰ ਬੜਾ ਚੰਗਾ ਲੱਗਾ ਬੰਦੇ ਨੂੰ ਹਾਂ ਜੀ ਵਾਕਈ ਸਾਨੂੰ ਕਾਫੀ ਉਹ ਪ੍ਰੇਜ਼ ਕੀਤਾ ਉਹਨਾਂ ਨੇ ਯੂਕੇ ਗਵਰਨਮੈਂਟ ਨੇ ਕਾਫੀ ਉਹਨਾਂ ਨੇ ਰਿਵਾਰਡਸ ਐਂਡ ਰਿਵਾਰਡਸ ਵਗੈਰਾ ਦਿੱਤੇ ਵਾਕਈ ਜਦੋਂ ਵੀ ਆਪਾਂ ਕੋਈ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਆਪਾਂ ਕੰਮ ਕਰਦੇ ਹੈਗੇ ਆ ਜਦੋਂ ਓਨੈਸਟੀ ਦੇ ਨਾਲ ਕਰਦੇ ਹੈਗੇ ਆ ਆਪਾਂ ਦਿਲੋਂ ਕੰਮ ਕਰਦੇ ਹੈਗੇ ਆ ਤਾਂ ਉਹਦਾ ਤੁਹਾਨੂੰ ਫਲ ਵੀ ਤੇ ਤੁਹਾਨੂੰ ਇੱਕ ਕਾਮਯਾਬੀ ਵੀ ਜ਼ਰੂਰ ਜਿਹੜੀ ਮਿਲਦੀ ਹੈਗੀ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਸਕੂਨ ਆਉਂਦਾ ਹੈਗਾ ਵੀ ਵਾਕਈ ਅਸੀਂ ਜਿਹੜਾ ਕੰਮ ਕਰਕੇ ਸਾਨੂੰ ਅਸੀਂ ਦੇ ਵਿੱਚ ਜਿਹੜਾ ਕਾਮਯਾਬ ਹੋਇਆ ਸਕਸੈਸ ਹੋਇਆ ਜੇ ਸਾਨੂੰ ਦੂਜੀ ਦੂਜੇ ਮੁਲਕ ਦੀ ਸਰਕਾਰ ਨੇ ਸਾਡੇ ਤੱਕ ਅਪਰੋਚ ਕੀਤੀ ਹੈਗੀ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਫਲ ਜਿਹੜਾ ਸਕਸੈਸ ਕੇਸ ਕਰਕੇ ਹੈਗਾ ਉਹਨਾਂ ਦੇ ਹੈਂਡਓਵਰ ਕੀਤਾ ਹੈਗਾ ਤੇ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹੈਗੇ ਜੀ ਤੁਸੀਂ ਕਿਉਂਕਿ ਵਾਕਿਆ ਹੀ ਤੁਸੀਂ ਜਦੋਂ ਕਿਨਾਂ ਪਰਸਨਲੀ ਬੈਠਦੇ ਹੋ ਗੱਲਾਂ ਬਾਤਾਂ ਕਰਦੇ ਹੈਗੇ ਹੋ ਕੋਈ ਵੀ ਡਿਪਾਰਟਮੈਂਟ ਹੈਗਾ ਤੇ ਫਿਰ ਹੀ ਤੁਹਾਨੂੰ ਅਸਲੀਅਤ ਪਤਾ ਲੱਗਦਾ ਹੈਗਾ ਵਾਕਿਆ ਹੀ ਜਿਹੜੀ ਕੋਈ ਵੀ ਜੌਬ ਹੈਗੀ ਪੁਲਿਸ ਦੀ ਜੌਬ ਹੈਗੀ ਇਸ ਕੋਈ ਈਜ਼ੀ ਨਹੀਂ ਹੈਗੀ ਬਹੁਤ ਔਖੀ ਆ ਤੁਸੀਂ ਐਵਰੀਡੇ ਮੁਜਰਮ ਦੇ ਨਾਲ ਐਵਰੀਡੇ ਔਨ ਦਾ ਰੋਡ ਤੁਸੀਂ ਲੋਕਾਂ ਦੇ ਨਾਲ ਜਿਹੜਾ ਹੈਂਡਲ ਕਰਨਾ ਹੈਗਾ ਤੇ ਉਹਨਾਂ ਨੂੰ ਜਿਹੜਾ ਇਨਸਾਫ ਦਿਵਾਉਣਾ ਹੈਗਾ ਕਿਦਾਂ ਇਨਸਾਫ ਦਿਵਾਉਣਾ ਹੈਗਾ ਜੇ ਸਾਹਿਬ ਦਾ ਬੋਬੀ ਸੰਧੂ ਸਾਹਿਬ ਜੋ ਕਿ ਡੀਐਸਪੀ ਦਿੱਲੀ ਪੁਲਿਸ ਦੇ ਵਿੱਚ ਭਾਰਤ ਤੋਂ ਇੰਡੀਆ ਤੋਂ ਤੌਰ ਜਿਹੜੀ ਸਰਵਿਸ ਕਰ ਰਹੇ ਨੇ ਮੇਸ਼ਾ ਅਸੀਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਜਦ ਤੱਕ ਈਮਾਨਦਾਰ ਕੋਈ ਵੀ ਡਿਪਾਰਟਮੈਂਟ ਹੈਗਾ ਈਮਾਨਦਾਰ ਜਿਹਦੇ ਆਫੀਸਰ ਜਾਂ ਸਟਾਫ ਜਿਹੜਾ ਹੈਗਾ ਰਹਿਣਗੇ ਤੇ ਜਿਹੜਾ ਕਾਮਯਾਬੀ ਜਿਹੜੀ ਸਕਸੈਸ ਮਿਲੂਗੀ ਜਦ ਤੱਕ ਇਮਾਨਦਾਰ ਭਵੇਂ ਆਪਾਂ ਪਰਿਵਾਰ ਦੇ ਵਿੱਚ ਹੀ ਲਾ ਲਓ ਜਦੋਂ ਇਮਾਨਦਾਰੀ ਨਹੀਂ ਹੈਗੀ ਤਾਂ ਉਹ ਵੀ ਜਿਹੜੇ ਪਰਿਵਾਰ ਵੀ ਟੁੱਟ ਜਾਂਦੇ ਨੇ ਇਹ ਤਾਂ ਫੇਰ ਇਹਨਾਂ ਦਾ ਬਹੁਤ ਵੱਡਾ ਹੈਗਾ ਲੋਕਾਂ ਨੂੰ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜਾ ਹੈਗਾ ਹੈਂਡਲ ਕਰਨਾ ਹੈਗਾ ਉਹਨਾਂ ਨੂੰ ਵੱਖ-ਵੱਖਰੇ ਲੋਕਾਂ ਜਿਹੜਾ ਹੈਗਾ ਹੈਂਡਲ ਕਰਨਾ ਹੈਗਾ ਇਸ ਕਰਕੇ ਅਸੀਂ ਬੋਬੀ ਜੀ ਤੁਸੀਂ ਪਹੁੰਚੇ ਸਟੂਡੀਓ ਦੇ ਵਿੱਚ ਤੇ ਅਖੀਰ ਦੇ ਵਿੱਚ ਤੁਸੀਂ ਸਾਡੇ ਕੈਨੇਡੀਅਨ ਲੋਕਾਂ ਨੂੰ ਜਿਹੜੇ ਸਾਨੂੰ ਭਵੇਂ ਸਾਡਾ ਕੈਨੇਡਾ ਅਮਰੀਕਾ ਯੂਰਪ ਦੇ ਵਿੱਚ ਸਾਨੂੰ ਲੋਕੀ ਵਾਚ ਕਰਦੇ ਨੇ ਇਸ ਸਮੇਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਬਾਰ ਲੋਕੀ ਦਿੱਲੀ ਜਾਂਦੇ ਨੇ ਡਰਦੇ ਨੇ ਉੱਥੋਂ ਵੀ ਪੁਲਿਸ ਨੇ ਸਾਨੂੰ ਪਤਾ ਨਹੀਂ ਕੀ ਕਰ ਦੇਣਾ ਹੈਗਾ ਪੁਲਿਸ ਨੂੰ ਦੇਖ ਕੇ ਡਰਨ ਲੱਗ ਜਾਂਦੇ ਨੇ ਪਰ ਜਦੋਂ ਜਦ ਤੱਕ ਤੁਸੀਂ ਸਹੀ ਹੋ ਤੁਹਾਡੇ ਕੋ ਕੋਈ ਤੁਸੀਂ ਗਲਤ ਕੰਮ ਨਹੀਂ ਕਰ ਰਹੇ ਹੋਗੇ ਤੇ ਫਿਰ ਡਰਨ ਦਾ ਕੋਈ ਮਤਲਬ ਨਹੀਂ ਸਮਾਦੇ ਪੁਲਿਸ ਨੂੰ ਸਮਾਤੇ ਹੈਲੋ ਹਾਈ ਕਰਕੇ ਜਾਵੋ ਜਦੋਂ ਹੁਣ ਇੱਥੇ ਪੁਲਿਸ ਨੂੰ ਆਪਾਂ ਕਿਉਂਕਿ ਇੰਨੇ ਕੰਫਰਟ ਹੈਗੇ ਨੇ ਜਿੱਦਾਂ ਲੋਕੀ ਹੈਲੋ ਹਾਈ ਕਰਦੇ ਨੇ ਰਾਈਟ ਇਸ ਸਾਬ ਨਾਲ ਜਦ ਤੱਕ ਤੁਸੀਂ ਗਲਤ ਨਹੀਂ ਹੈਗੇ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਨਹੀਂ ਹੈਗੇ ਜਾਂ ਗਲਤ ਕੰਮ ਨਹੀਂ ਕਰਦੇ ਹੈਗੇ ਤਾਂ ਪਲੀਜ਼ ਤੁਹਾਡੀ ਹਫਾਜ਼ਤ ਵਾਸਤੇ ਤੁਹਾਡੀ ਸੇਫਟੀ ਵਾਸਤੇ ਖੜੀ ਹੈਗੀ ਆ ਕੀ ਚਾਹਣਾ ਚਾਹੁੰਦੇ ਜੀ ਭਾਜੀ ਇਹ ਚ ਬੜੀ ਮੋਟੀ ਜੀ ਗੱਲ ਹੈ ਅਗਰ ਤੁਹਾਨੂੰ ਆਪਣੇ ਅਧਿਕਾਰਾਂ ਦਾ ਪਤਾ ਹੈ ਜੀ ਤੁਹਾਨੂੰ ਅਵੇਅਰ ਹੋਣਾ ਪੈਣਾ ਹੈ ਕਿ ਮੇਰੇ ਇਹ ਰਾਈਟਸ ਐ ਤੇ ਮੇਰੀ ਇਹ ਡਿਊਟੀਆਂ ਐ ਜੀ ਅਗਰ ਤੁਹਾਨੂੰ ਪਤਾ ਹੈ ਤੇ ਫਿਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਸੀਂ ਕੋਈ ਗਲਤ ਨਹੀਂ ਕੀਤਾ ਮਗਰ ਜੇ ਮੈਂ ਦਿੱਲੀ ਪੁਲਿਸ ਦੀ ਗੱਲ ਕਰਦਾ ਹੈ ਦਿੱਲੀ ਪੁਲਿਸ ਅੱਜ ਦੀ ਡੇਟ 'ਚ ਇੰਨੀ ਫ੍ਰੈਂਡਲੀ ਪੁਲਿਸ ਐ ਤੁਹਾਡੇ ਘਰ ਵੀ ਆਉਣਗੇ ਸਭ ਕੁਝ ਮਿਲेंगे ਜੋ ਲੇਗੇ ਸਭ ਨੂੰ ਮਾਲਕ ਬੜੀ ਕਮਿਊਨਿਟੀ ਪੁਨਿਸ਼ ਹੋ ਗਈ ਹੁਣ ਅੱਜ ਕੱਲੋ ਬੜਾ ਰਲ ਮਿਲ ਕੇ ਹਰੇਕ ਫੰਕਸ਼ਨ ਤੇ ਆਣਾ ਜਾਣਾ ਪਹਿਲੇ ਹੁੰਦਾ ਸੀ ਨਾ ਪੁਲਿਸ ਜਿਹਦੇ ਘਰ ਚਲੇ ਜਾਏ ਯੂਨੀਫਾਰਮ ਚ ਬਾਈ ਕੀ ਗੱਲ ਹੋ ਗਈ ਜੀ ਡਰ ਹੁੰਦਾ ਸੀਗਾ ਹੁਣ ਉਹ ਡਰ ਨਹੀਂ ਹੈਗਾ ਉਹ ਪੁਰਾਣੇ ਡਰ ਸੀਗੇ ਉਹ ਲੋਕਾਂ ਦੇ ਜਿਹੜੇ ਜਿਹਦੇ ਨਾਲ ਵਾਹ ਨਹੀਂ ਪਿਆ ਨਾ ਉਹਨੂੰ ਨਹੀਂ ਪਤਾ ਜੀ ਮਗਰ ਹੁਣ ਕਈ ਸਾਡੇ ਫਰੈਂਡਸ ਜਾਂਦੇ ਦਿੱਲੀ ਕਹਿੰਦੇ ਬੜਾ ਮਜ਼ਾ ਆਇਆ ਜੀ ਪੁਲਿਸ ਵਾਲਾ ਮਿਲਿਆ ਹਾਈ ਹੈਲੋ ਜਿਦਾਂ ਤੁਸੀਂ ਕਹਿੰਦੇ ਹਾਈ ਵਾਲਾ ਕਰਦੇ ਆ ਜੀ ਜੀ ਉਹ ਤੁਹਾਨੂੰ ਬੇਸਿਕਲੀ ਆਪਣੇ ਅਧਿਕਾਰ ਤੇ ਪਤਾ ਹੋਣਾ ਚਾਹੀਦੇ ਆ हां जी ਕਿ ਮੇਰੀ ਇਹ ਡਿਊਟੀ ਹੈ ਇਹਦਾ ਮੇਰਾ ਰਾਈਟ ਹੈ ਤੇ ਮੈਨੂੰ ਕੋਈ ਤਾਂ ਕੋਈ ਅਨਨੈਸੈਰੀ ਕੋਈ ਤੰਗ ਨਹੀਂ ਕਰ ਸਕਦਾ ਕਰਦੇ ਵੀ ਨਹੀਂ ਅੱਜ ਕੱਲੇ ਵੈਸੇ ਹਾਂਜੀ ਵਾਕਈ ਸਹੀ ਗੱਲ ਆ ਵੈਸੇ ਜਿੱਦਾਂ ਹੁਣ ਜਿੰਨੇ ਵੀ ਇਸ ਸਮੇਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈਗੇ ਨੇ ਸਾਰੇ ਬਹੁਤ ਹੀ ਐਜੂਕੇਟਿਡ ਆ ਪੜ੍ਹੇ ਲਿਖੇ ਬਹੁਤ ਜ਼ਿਆਦਾ ਹਾਈ ਕੁਆਲਿਫੀਕੇਸ਼ਨ ਜਿਹੜੀ ਉਹਨਾਂ ਦੀ ਹੈਗੀ ਐ ਇਸ ਕਰਕੇ ਬਿਲਕੁਲ ਇਦਾਂ ਦਾ ਨਹੀਂਗਾ ਜੇ ਆਪਾਂ ਪਿਛਲੇ ਸਮਿਆਂ ਦੇ ਵਿੱਚ ਸੁਣੀਏ ਚਲੋ ਮਾੜਾ ਮੋਟਾ ਕਿਹ ਬਾਾਰ ਲੋਕੀ ਕੀ ਅਵੇਰ ਨਹੀਂ ਸੀ ਲੋਕੀ ਵੀ ਗਲਤੀਆਂ ਕਰਦੀ ਸੀਗੇ ਤਾਂ ਕਰਕੇ ਜਿਹੜਾ ਹੈਗਾ ਕਿਹ ਬਾਾਰ ਇਦਾਂ ਦਾ ਜਿਹੜਾ ਇੱਕ ਗੈਪ ਜਾਂ ਲੱਗਦਾ ਸੀ ਨੇ ਉਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਹੈਗਾ ਤੇ ਪੁਲਿਸ ਵੀ ਨੂੰ ਆਪਣੇ ਰਾਈਟਸ ਦਾ ਪਤਾ ਹੈਗਾ ਵੀ ਅਸੀਂ ਕਿੱਥੇ ਸਟੈਪ ਜਿਹੜਾ ਲੈਣਾ ਹੈਗਾ ਇਹ ਨੀਗਾ ਤੱਕਾ ਨਾ ਪੁਲਿਸ ਕਰਦੀ ਆ ਨਾ ਜਿਹੜੇ ਲੋਕ ਕਰਦੇ ਹੈਗੇ ਨੇ ਇਸ ਕਰਕੇ ਸਾਨੂੰ ਜਿਹੜਾ ਕੋਰਪੋਰੇਟ ਹਮੇਸ਼ਾ ਮੈਂ ਕਹਿਣਾ ਹੁੰਦਾ ਹੈਗਾ ਇੱਕ ਦੂਜੇ ਨਾਲ ਕੋਈ ਵੀ ਭਵੇਂ ਕ੍ਰਾਈਮ ਲੋਕੀ ਕਰਦੇ ਨੇ ਜਦ ਤੱਕ ਵਰਲਡ ਦੇ ਵਿੱਚ ਜਿਹੜੇ ਲੋਕ ਨੇ ਉਹ ਨਹੀਂ ਪੁਲਿਸ ਨਾਲ ਕੋਆਪਰੇਟ ਕਰਨਗੇ ਜਦ ਤੱਕ ਭਵੇਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਜੋ ਵੀ ਮਾਰਕਤ ਕਰਦੀ ਹੈਗੀ ਆ ਉਹਨਾਂ ਚਿਰ ਜਿਹੜੇ ਮੁਜਰਮ ਨੂੰ ਫੰਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਦਿੱਕਤਾਂ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਸਾਇਜ਼ ਕੈਨੇਡੀਅਨ ਸਿਟੀਜ਼ਨ ਭਵੇਂ ਤੁਸੀਂ ਇੰਡੀਅਨ ਸਿਟੀਜ਼ਨ ਹੈਗੇ ਹੋ ਤੇ ਸਾਨੂੰ ਫਰਜ਼ ਬਣਦਾ ਹੈਗਾ ਅਸੀਂ ਪੁਲਿਸ ਦੇ ਨਾਲ ਪੂਰਾ ਹੱਥ ਮਿਲਾ ਕੇ ਚੱਲੀਏ ਤੇ ਦੱਸਿਏ ਭਾਈ ਕਿਹੜਾ ਕ੍ਰਾਈਮ ਜਾਂ ਕਿਸੇ ਨੇ ਚੋਰੀ ਕੀਤੀ ਆ ਜਾਂ ਕੁਛ ਕੀਤਾ ਗਲਤ ਕੰਮ ਕੀਤਾ ਹੈਗਾ ਅਸੀਂ ਦੱਸ ਸਕੀਏ ਤੇ ਬਬੀਜੀਤ ਪਹਿਲਾਂ ਤੁਸੀਂ ਸਟੂਡੀਓ ਦੇ ਵਿੱਚ ਸਮਾਂ ਕੱਢ ਕੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਸਾਡਾ ਪੂਰੇ ਸਟੂਡੀਓ ਵੱਲੋਂ ਜੀ ਤੁਹਾਡਾ तहे ਦਿਲ ਤੋਂ ਧੰਨਵਾਦ ਤੇ ਆਪਾਂ ਜਰੂਰ ਆਉਣ ਵਾਲੇ ਸਮਾਂ ਦੇ ਵਿੱਚ ਆਪਾਂ ਹੋਰ ਵੀ ਜਿਹੜੀਆਂ ਇੰਟਰਵਿਊ ਕਰਾਂਗੇ ਗੱਲਾਂ ਬਾਤਾਂ ਕਰਦੇ ਰਹਾਂਗੇ ਤੇ ਅਖੀਰ ਦੇ ਵਿੱਚ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਭਾਜੀ ਗਿਲ ਭਾਜੀ ਕਾਫਲਾ ਟੀਵੀ ਤੇ ਲੀਗਲ ਭਾਜੀ ਦਾ ਮੈਨੀ ਮੈਨੀ ਥੈਂਕਸ ਸਾਨੂੰ ਅੱਜ ਬੁਲਾਇਆ ਤੇ ਆਪਾਂ ਡਿਸਕਸ ਕੀਤਾ ਆਪਾਂ ਤਾਂ ਇਹ ਮਿਲਦੇ ਰਾਂਗੇ ਡਿਸਕਸ ਕਰਦੇ ਰਾਂਗੇ ਜੀ 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 ਜ਼ਰੂਰ ਜੀ ਬਹੁਤ ਹੀ ਲਿਗੇ ਸੁਆਦੇ ਮਿਲਵਰਤਨ ਦਾ ਸੁਆਬ ਬਹੁਤ ਹੀ ਮਿਲਪੜ ਸੁਆ ਹੈਗਾ ਜਿਹੜਾ ਜੀ ਵਾਕਈ ਕਈ ਵਾਰ ਮਿਲਦਾ ਸਾਨੂੰ ਜਿਹੜਾ ਮੌਕਾ ਮਿਲਿਆ ਹੈਗਾ ਬਹੁਤ ਹੀ ਨਿੱਗੇ ਸੁਆਦੇ ਬੋਬੀ ਸੰਦੂਸਤਾ ਬੀਐਸਪੀ ਦਿਲੀਪ ਪੁਲਿਸ ਇੰਡੀਆ ਦੇ ਵਿੱਚ ਬਤੌਰ ਕੰਮ ਕਰ ਰਹੇ ਨੇ ਤੇ ਥੋੜੇ ਸਮੇਂ ਵਾਸਤੇ ਇੱਥੇ ਆਏ ਨੇ ਤੇ ਤੁਸੀਂ ਕੈਨੇਡਾ ਦੇ ਵਿੱਚ ਐ ਸਪੈਸ਼ਲਿਸਟ ਸਟੂਡੀਓ ਦੇ ਵਿੱਚ ਆਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਈ ਥੈਂਕ ਯੂ so थे much ਧੰਨਵਾਦ ਤੇ ਅਸੀਂ ਲੈ ਲਿਆ ਹੁਣ ਇਜਾਜ਼ਤ ਤੇ ਫੇਰ ਜ਼ਰੂਰ ਤੁਹਾਡੇ ਵਾਸਤੇ ਹੋਰ ਨਵਾਂ ਐਪੀਸੋਡ ਲੈ ਕੇ ਆਵਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ ਅਸੀਂ ਗੱਲ ਜੀ